ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਫਤੇਸਰ ਜੀਐਸ ਕਲਾਸਸ ਦੇ YouTube ਚੈਨਲ ਤੇ ਅਸੀਂ ਲੈ ਕੇ ਆਏ ਆ ਨੈਪ ਤਹਿਸੀਲਦਾਰ ਤੇ ਕੋਆਪਰੇਟਿਵ ਇਨਸਪੈਕਟਰ ਦਾ ਜੋ ਐਗਜ਼ਾਮ ਆਉਣ ਵਾਲਾ ਹੈ ਉਹਦੇ ਲਈ ਪੰਜਾਬ ਜੀਕੇ ਦਾ ਇੱਕ ਟੈਸਟ ਹਾਂਜੀ ਇਹ ਪੰਜਾਬ ਜੀਕੇ ਦਾ ਟੈਸਟ ਹੈ ਇਸ ਦੇ ਵਿੱਚ 100 MCQਸ ਹੋਣਗੇ ਜੀ ਇਸ ਵੀਡੀਓ ਵਿੱਚ ਜੋ ਸਾਡਾ ਫੋਕਸ ਹੈ ਉਹ ਜ਼ਿਆਦਾ MCQਸ ਤੇ ਹੀ ਰਹੇਗਾ ਮੀਨਜ਼ ਜ਼ਿਆਦਾ ਡਿਟੇਲ 'ਚ ਅਸੀਂ ਨਹੀਂ ਜਾਵਾਂਗੇ ਬਸ ਹਾਂ ਅਸੀਂ ਕੁਐਸਚਨ ਦਿਖਾਵਾਂਗੇ ਤੁਸੀਂ ਵੀਡੀਓ ਨੂੰ ਪਾਜ਼ ਕਰਕੇ ਕੁਐਸਚਨ ਦਾ ਆਨਸਰ ਦੱਸਣਾ ਹੈ ਉਸ ਤੋਂ ਬਾਅਦ ਅਸੀਂ ਦੱਸਾਂਗੇ ਉਸ ਕੁਐਸਚਨ ਦਾ ਆਨਸਰ ਤੇ ਜਿਵੇਂ ਕਿ ਸਾਡੀ ਟੈਗ ਲਾਈਨ ਹੈ ਇੱਕ ਵੀਡੀਓ ਅਤੇ ਪੂਰੀ ਪੰਜਾਬ ਜੀਕੇ ਠੀਕ ਹੈ ਜੀ ਟੈਸਟ ਤੇ ਧਿਆਨ ਰੱਖਿਓ ਇਹ ਟੈਸਟ ਹੁਣ ਪੇਪਰ ਆਉਣ ਵਾਲਾ ਹੈ ਨੈਪ ਤਹਿਸੀਲਦਾਰ ਦਾ ਟੈਸਟ ਕਰਨੇ ਬਹੁਤ ਜ਼ਰੂਰੀ ਨੇ ਜਿੰਨੀ ਜ਼ਿਆਦਾ ਐਮਸੀਕਿਊਜ਼ ਦੀ ਪ੍ਰੈਕਟਿਸ ਕਰੋਗੇ ਓਨੇ ਜ਼ਿਆਦਾ ਚਾਂਸਸ ਨੇ ਪੇਪਰ ਕਲੀਅਰ ਕਰਨ ਦੇ ਅਤੇ ਜੇ ਇਸ ਪੇਪਰ ਦੀ ਇਸ ਟੈਸਟ ਪੇਪਰ ਦੀ ਤੁਹਾਨੂੰ ਪੀਡੀਐਫ ਚਾਹੀਦੀ ਹੋਈ ਤਾਂ ਮੇਰਾ ਟੈਲੀਗ੍ਰam ਤੇ ਚੈਨਲ ਹੈ ਫਤਿਹ ਸਰ ਦੇ ਨਾਮ ਤੇ ਜੀ ਉਹਦਾ ਜੋ ਲਿੰਕ ਹੈ ਉਹ ਵੀ ਮੈਂ ਡਿਸਕ੍ਰਿਪਸ਼ਨ ਵਿੱਚ ਪ੍ਰੋਵਾਈਡ ਕਰ ਦੂੰਗਾ ਫਤਿਹ ਸਰ ਦੇ ਨਾਮ ਤੇ ਇੱਕ ਟੈਲੀਗ੍ਰam ਤੇ ਚੈਨਲ ਹੈ ਉਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਫੋਲੋ ਕਰ ਲਓ ਜੁਆਇਨ ਕਰ ਲਓ ਟੈਲੀਗ੍ਰam ਤੇ ਅਤੇ ਤੁਹਾਨੂੰ ਜਿੰਨੀਆਂ ਵੀ ਮੈਂ ਵੀਡੀਓ ਪਾ ਰਿਹਾ ਆ ਉਹਨਾਂ ਦਾ ਸਟੱਡੀ ਮਟੀਰੀਅਲ ਤੁਹਾਨੂੰ ਉੱਥੇ ਮਿਲਦਾ ਰਹੂਗਾ ਜੀ ਚਲੋ ਸ਼ੁਰੂ ਕਰਦੇ ਆ ਅੱਜ ਦੀ ਵੀਡੀਓ ਅਤੇ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਵੀਡੀਓ ਨੂੰ ਲਾਈਕ ਜ਼ਰੂਰ ਕਰੋ ਸ਼ੁਰੂ ਜਰੂਰ ਕਰੋ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਅਤੇ ਜਿਹੜੇ ਜਿਹੜੇ ਕੁਐਸਚਨ ਪੁੱਛਾਂਗਾ ਉਹਨਾਂ ਦੇ ਆਨਸਰ ਵੀ ਕਮੈਂਟ ਬਾਕਸ ਦੇ ਵਿੱਚ ਜਰੂਰ ਕਰਿਓ ਜੀ ਚਲੋ ਸ਼ੁਰੂ ਕਰਦੇ ਆਂ ਅੱਜ ਦੀ ਵੀਡੀਓ ਪਹਿਲਾ ਸਾਡੇ ਕੋਲ ਕੁਐਸਚਨ ਹੈ ਵਿਚ ਸਿਟੀ ਇਜ਼ ਨੋਨ ਐਜ਼ ਸਟੀਲ ਸਿਟੀ ਆਫ ਪੰਜਾਬ ਕਹਿੰਦੇ ਕਿਹੜੀ ਸਿਟੀ ਹੈ ਜਿਹਨੂੰ ਸਟੀਲ ਸਿਟੀ ਆਫ ਪੰਜਾਬ ਕਿਹਾ ਜਾਂਦਾ ਆ ਤੁਸੀਂ ਬਸ ਕੁਐਸਚਨ ਰੀਡ ਕੀਤਾ ਵੀਡੀਓ ਰੋਕੀ ਤੇ ਆਨਸਰ ਦੱਸਤਾ ਜਾ ਆਪਣੇ ਸੋਚ ਲਿਆ ਮਨ ਦੇ ਵਿੱਚ ਜਾਂ ਆਪਣੀ ਕਾਪੀ ਵਿੱਚ ਲਿਖ ਲਓ 1 ਤੋਂ ਲੈ ਕੇ 100 ਤੱਕ ਕੁਐਸਚਨ ਉੱਤੇ ਆਨਸਰ ਲਿਖੀ ਗਏ ਉਦੋਂ ਬਾਅਦ ਚੈੱਕ ਕਰਦੇ ਰਹੋ ਤੇ ਉਦੋਂ ਬਾਅਦ ਕਮੈਂਟ ਬਾਕਸ ਦੇ ਵਿੱਚ ਪੂਰਾ ਟੈਸਟ ਹੋਣ ਤੋਂ ਬਾਅਦ ਆਪਦੇ ਨੰਬਰ ਜਰੂਰ ਮੈਂਸ਼ਨ ਕਰਿਓ ਕਿ ਕਿ ਸਟੂਡੈਂਟ ਦੇ ਕਿੰਨੇ ਨੰਬਰ ਆ ਰਹੇ ਨੇ ਹਾਂਜੀ ਸਾਡਾ ਕੁਐਸਚਨ ਹੈ ਕਿ ਕਿਹੜੀ ਸਿਟੀ ਨੂੰ ਪੰਜਾਬ ਦੇ ਵਿੱਚ ਸਟੀਲ ਸਿਟੀ ਕਿਹਾ ਜਾਂਦਾ ਆ ਪਹਿਲਾ ਆਪਸ਼ਨ ਆ ਮੰਡੀ ਗਵਿੰਦਗੜ ਦੂਜਾ ਆਪਸ਼ਨ ਹੈ ਸਾਡੇ ਕੋਲ ਲੁਧਿਆਣਾ ਤੀਜਾ ਆਪਸ਼ਨ ਹੈ ਅੰਮ੍ਰਿਤਸਰ ਤੇ ਚੌਥਾ ਆਪਸ਼ਨ ਹੈ ਰੋਪੜ ਇਹਦਾ ਜੋ ਆਨਸਰ ਹੈ ਉਹ ਸਾਡੇ ਕੋਲ ਜੀ ਮੰਡੀ ਗੋਵਿੰਦਗੜ ਬਹੁਤ ਹੀ ਈਜ਼ੀ ਕੁਐਸਚਨ ਹੈ ਬਹੁਤ ਇੰਪੋਰਟੈਂਟ ਕੁਐਸਚਨ ਹੈ ਜਿਹੜੇ 100 ਕੁਐਸਚਨ ਆ ਸਾਰੇ ਦੇ ਸਾਰੇ ਬਹੁਤ ਹੀ ਇੰਪੋਰਟੈਂਟ ਆ ਜੀ ਕਾਫੀ ਵਾਰ ਆਲਰੇਡੀ ਜਿੰਨੇ ਐਗਜ਼ਾਮ ਸਾਡੇ ਹੋ ਚੁੱਕੇ ਆ ਪੰਜਾਬ ਦੇ ਉਹਨਾਂ ਵਿੱਚ ਆ ਚੁੱਕੇ ਆ ਰਿਪੀਟਡ ਰਿਪੀਟਡ ਟਾਈਮ ਆ ਚੁੱਕੇ ਆ ਸਾਨੂੰ ਲੱਗ ਰਿਹਾ ਕਿ ਇਸ ਵਾਰ ਨਵੇਂ ਤਹਿਸੀਲਦਾਰ ਦੇ ਵਿੱਚ ਵੀ ਇਹਨਾਂ ਵਿੱਚੋਂ 2 4 5 ਕੁਐਸਚਨ ਤਾਂ ਆ ਹੀ ਜਾਣਗੇ ਠੀਕ ਹੈ ਤਾਂ ਇਸ ਲਈ ਧਿਆਨ ਨਾਲ ਜਰੂਰ ਕਰਿਓ ਜੀ ਚਲੋ ਅਗਲਾ ਕੁਐਸਚਨ ਦੇਖਦੇ ਆ ਸੈਕੰਡ ਕੁਐਸਚਨ ਸਾਡੇ ਕੋਲ ਦ ਟੋਟਲ ਪੋਪੂਲੇਸ਼ਨ ਆਫ ਦਾ ਜਿਹੜਾ 2011 ਦਾ ਸੈਂਸਸ ਹੈਗਾ ਉਹਦੇ ਅਕੋਰਡਿੰਗ ਪੰਜਾਬ ਦੀ ਪੋਪੂਲੇਸ਼ਨ ਕਿੰਨੀ ਆ অপਸ਼ਨ ਨੰਬਰ A ਆ ਜੀ 2 ਕਰੋੜ 77 ਲੱਖ 4236 1 ਕਰੋੜ 98 ਲੱਖ 71392 22 ਲੱਖ 41000 782 ਐਂਡ 3 ਕਰੋੜ 9 ਲੱਖ 67000 352 ਤੇ ਜੋ ਇਹਦਾ ਸਹੀ ਆਨਸਰ ਇਹ ਹੋਏਗਾ ਜੀ 2 ਕਰੋੜ 70 ਲੱਖ ਦੇ ਨੀਅਰ ਬਹੁਤ ਸਾਡੀ ਪਾਪੂਲੇਸ਼ਨ ਸਗੀ ਪੰਜਾਬ ਦੀ 2011 ਦੇ ਵਿੱਚ ਆਨਸਰ ਨੰਬਰ ਜਿਹੜਾ A ਹੈ ਉਹ ਸਾਡਾ ਆਪਸ਼ਨ ਨੰਬਰ A ਉਹਦਾ ਆਨਸਰ ਹੈ ਜੀ ਚਲੋ ਨੈਕਸਟ ਕੁਐਸਚਨ ਹੈ ਸਾਡੇ ਕੋਲ ਕੁਐਸਚਨ ਨੰਬਰ 3 ਕੁਐਸਚਨ ਨੰਬਰ 3 ਹੈ ਦ ਲਾਰਜੇਸਟ ਸਿਟੀ ਆਫ ਦਾ ਪੰਜਾਬ ਪੰਜਾਬ ਦੀ ਲਾਰਜੇਸਟ ਸਿਟੀ ਕਿਹੜੀ ਹੈ ਆਪਸ਼ਨ ਨੰਬਰ 1 ਹੈ ਅੰਮ੍ਰਿਤਸਰ ਆਪਸ਼ਨ ਨੰਬਰ 2 ਹੈ ਸਾਡੇ ਕੋਲੇ ਫਿਰੋਜ਼ਪੁਰ ਆਪਸ਼ਨ ਨੰਬਰ 3 ਹੈ ਲੁਧਿਆਣਾ ਆਪਸ਼ਨ ਨੰਬਰ 4 ਹੈ ਜਲੰਧਰ ਤੇ ਜੋ ਇਹਦਾ ਸਹੀ ਆਨਸਰ ਹੈ ਉਹ ਸਾਡੇ ਕੋਲ ਜੀ ਲੁਧਿਆਣਾ ਲੁਧਿਆਣਾ ਪੰਜਾਬ ਦੀ ਸਭ ਤੋਂ ਵੱਡੀ ਏਰੀਆ ਵਾਈਜ਼ ਸਿਟੀ ਹੈ ਜੀ ਠੀਕ ਹੈ ਚਲੋ ਨੈਕਸਟ ਕੁਸਚਨ ਸਾਡੇ ਕੋਲੇ ਦਾ ਟੋਟਲ ਪੋਪੂਲੇਸ਼ਨ ਡੈਨਸਿਟੀ ਆਫ ਦਾ ਪੰਜਾਬ ਪਹਿਲਾਂ ਪੋਪੂਲੇਸ਼ਨ ਪੁੱਛੀ ਸੀਗੀ ਹੁਣ ਡੈਨਸਿਟੀ ਪੁੱਛੀ ਆ ਡੈਨਸਿਟੀ ਮੀਨਸ ਪਰ ਸਕੁਅਰ ਕਿਲੋਮੀਟਰ ਦੇ ਏਰੀਆ ਵਿੱਚ ਕਿੰਨੀ ਪੋਪੂਲੇਸ਼ਨ ਰਹਿ ਰਹੀ ਹੈ ਆਪਸ਼ਨ ਨੰਬਰ ਪਹਿਲਾ ਸਾਡੇ ਕੋਲ ਹੈਗਾ ਏ ਜੀ 482 ਪਰਸਨ ਪਰ ਸਕੁਅਰ ਕਿਲੋਮੀਟਰ ਆਪਸ਼ਨ ਨੰਬਰ ਬੀ ਹੈ 550 ਪਰਸਨ ਪਰ ਸਕੁਅਰ ਕਿਲੋਮੀਟਰ অপশন নাম্বার 3 ਹੈ ਜੀ 503 ਤੇ অপশন নাম্বার 4 ਹੈ 450 ਪਰਸਨਸ ਪਰ ਸਕੁਇਰ ਕਿਲੋਮੀਟਰ ਤੇ ਜੋ ਇਹਦਾ ਸਹੀ ਆਨਸਰ ਹੋਏਗਾ ਸਾਡੇ ਕੋਲੇ ਜੀ অপশন ਨੰਬਰ B 550 ਪਰਸਨ ਪਰ ਸਕੁਇਰ ਕਿਲੋਮੀਟਰ ਮੀਨਸ 1 ਸਕੁਇਰ ਕਿਲੋਮੀਟਰ ਦੇ ਵਿੱਚ ਸਾਡੇ ਕੋਲੇ 550 ਪਰਸਨ ਹੋ ਰਹਿੰਦੇ ਨੇ ਨੈਕਸਟ ਕੁਐਸਚਨ ਹੈ ਆਪਣੇ ਕੋਲੇ ਕੁਐਸਚਨ ਨੰਬਰ 5 ਦਾ ਟੋਟਲ ਏਰੀਆ ਆਫ ਦਾ ਪੰਜਾਬ ਪੰਜਾਬ ਦਾ ਟੋਟਲ ਏਰੀਆ ਕਿੰਨਾ ਹੈ ਜੀ ਠੀਕ ਹੈ ਸਾਡਾ ਜਿਹੜਾ ਪੰਜਾਬ ਦਾ ਟੋਟਲ ਏਰੀਆ ਹੈਗਾ ਉਹ ਹੈਗਾ ਜੀ 50362 ਕਿਲੋਮੀਟਰ ਸਕਰ ਕਿੰਨਾ ਜੀ 50362 ਕਿਲੋਮੀਟਰ ਸਕਰ ਬਹੁਤ ਇੰਪੋਰਟੈਂਟ ਹੈ ਵੀ ਕੁਐਸਚਨ ਹੈ ਬਹੁਤ ਵਾਰ ਰਿਪੀਟ ਹੋ ਚੁੱਕਾ ਆਨਸਰ ਹੈਗਾ ਸਾਡੇ ਕੋਲ অপਸ਼ਨ ਨੰਬਰ ਏ ਚਲੋ ਨੈਕਸਟ ਕੁਐਸਚਨ ਹੈ ਜਿਆਦਾ ਮੈਂ ਇਸ ਨੂੰ ਵੀਡੀਓ ਨੂੰ ਲੰਬੀ ਕਰਨ ਦੀ ਕੋਸ਼ਿਸ਼ ਨਹੀਂ ਕਰੂੰਗਾ ਜਿੰਨੀ ਛੇਤੀ ਹੋ ਸਕੇ ਮੈਂ ਕਰਕੇ ਡਾਇਰੈਕਟਲੀ ਆਨਸਰਸ ਤੇ ਆਉਂਗਾ ਤਾਂ ਕਿ ਤੁਹਾਡੀ ਨਿਗਾਹ ਦੇ ਵਿੱਚ ਆਨਸਰ ਚੜ ਜਾਣਾ ਤੇ ਤੁਸੀਂ ਈਜ਼ੀਲੀ ਇਹਨਾਂ ਨੂੰ ਪਿਕ ਕਰ ਲਓ ਮੈਂ ਕੋਸ਼ਿਸ਼ ਕਰੂੰਗਾ ਕਿ ਗਲਤ ਜੋ ਆਪਸ਼ਨ ਨੇ ਉਹ ਘੱਟ ਹੀ ਰੀਡ ਕਰਾਂ ਹਾਲਾਂਕਿ ਜੇ ਦਿੱਤੇ ਗਏ ਨੇ ਉਹ ਸਿਰਫ ਇਸ ਕਰਕੇ ਆ ਕਿ ਤੁਸੀਂ ਇਹਨਾਂ ਨੂੰ ਰੀਡ ਕਰ ਸਕੋ ਮੇਰੀ ਇਸ ਦੇ ਮੈਂ ਤੁਹਾਨੂੰ ਸਿੱਧਾ ਡਾਇਰੈਕਟ ਸਹੀ ਆਨਸਰ ਹੀ ਦੱਸੂੰਗਾ ਚਲੋ ਕੁਐਸਚਨ ਨੰਬਰ 6 ਵੈਨ ਅਕਾਲ ਤਖਤ ਵਾਸ ਬਿਲਟ ਜਿਹੜਾ ਅਕਾਲ ਤਖਤ ਸਾਡਾ ਕਦੋਂ ਬਣਾਇਆ ਗਿਆ 1606 ਦੇ ਵਿੱਚ 1609 ਦੇ ਵਿੱਚ 1607 ਦੇ ਵਿੱਚ ਤੇ 1608 ਦੇ ਵਿੱਚ ਸਹੀ ਆਨਸਰ ਹੈ ਸਾਡੇ ਕੋਲ ਜੀ 1609 ਦੇ ਵਿੱਚ ਆਪਸ਼ਨ ਨੰਬਰ ਬੀ ਇਸ ਦਾ ਕਰੈਕਟ ਆਨਸਰ ਚਲੋ ਨੈਕਸਟ ਦੇਖਦੇ ਆਪਾਂ ਕੁਐਸਚਨ ਨੰਬਰ 7 ਵਾਟ ਇਜ਼ ਦਾ ਗ੍ਰੀਕ ਨੇਮ ਆਫ ਦਾ ਰਿਵਰ ਜੇਲਮ ਜਿਹੜੀ ਸਾਡੇ ਰਿਵਰ ਜੇਲਮ ਰਿਵਰ ਆ ਉਹਦਾ ਗ੍ਰੀਕ ਨਾਮ ਕੀ ਹੈ ਉਹਦਾ ਗ੍ਰੀਕ ਨਾਮ ਹੈ ਜੀ ਹਾਈਦਪਸ ਆਪਸ਼ਨ ਨੰਬਰ A ਇਜ਼ ਦਾ ਕਰੈਕਟ ਆਨਸਰ ਹਾਂਜੀ ਚਲੋ ਨੈਕਸਟ ਸਾਡੇ ਕੋਲ ਹੈ ਕੁਐਸਚਨ ਨੰਬਰ 8 ਹੂਜ਼ ਬਾਣੀ ਇਜ਼ ਇਨਕਲੂਡਡ ਇਨ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਜਿਹੜੇ ਸਾਡੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਉਹਨਾਂ ਦੇ ਵਿੱਚ ਜੋ نیچے ਦਿੱਤੇ ਗਏ ਕੁਝ ਪਰਸਨਸ ਨੇ ਕੁਝ ਰਿਸਪੈਕਟਡ ਪਰਸਨੈਲਿਟੀਜ਼ ਨੇ ਉਹਨਾਂ ਵਿੱਚੋਂ ਕਿਹਨਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਮੈਂਸ਼ਨ ਹੈ অপশন নাম্বার এ হ জি শাহ হোসেন অপশন নাম্বার বি হ পিলু ফেরা জি ভক্ত জджу এন্ড অপশন নাম্বার ডি হ ভক্ত কবীর تے ਸਾਨੂੰ ਪਤਾ ਹੈ ਕਿ ভক্ত কবীর ਜੀ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਮਿਲਦੀ ਹੈ ਤੇ অপশন নাম্বার ডি ਇਸ ਦਾ கரெক্ট ਆਨਸਰ ਚਲੋ ਨੈਕਸਟ ਦੇਖਦੇ ਹਾਂ হু ਇਜ਼ ਪ੍ਰੋਫਾਉਂਡਰ ਜਿਹਨੂੰ ਅਸੀਂ ਕੀ ਕਹਿੰਦੇ ਹਾਂ ਜੀ ਪ੍ਰੋਫਾਉਂਡਰ ਨੂੰ ਹੋਰ ਕੀ ਕਹਿੰਦੇ ਹਾਂ ਆਪਾਂ ਫਾਊਂਡਰ ਫਾਊਂਡਰ ਆਫ ਮੀਰੀ ਪੀਰੀ ਮੀਰੀ ਪੀਰੀ ਦੇ ਫਾਊਂਡਰ ਕਿ ਇਹਨਾਂ ਨੂੰ ਕਿਹਾ ਜਾਂਦਾ ਜੀ ਗੁਰੂ ਹਰਗੋਬਿੰਦ ਜੀ ਗੁਰੂ ਨਾਨਕ ਦੇਵ ਜੀ ਗੁਰਤੇਗ ਬਹਾਦਰ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਬਹੁਤ ਈਜ਼ੀ ਕੁਐਸਚਨ ਹੈ ਜੋ ਮੀਰੀ ਪੀਰੀ ਦੀਆਂ ਤਲਵਾਰਾਂ ਧਾਰਨ ਕੀਤੀਆਂ ਸੀਗੀਆਂ ਉਹ ਕੀਤੀਆਂ ਗਈਆਂ ਸੀਗੀਆਂ ਜੀ ਗੁਰੂ ਹਰਗੋਬਿੰਦ ਜੀ ਦੇ ਦੁਆਰਾ ਤੇ ਆਪਸ਼ਨ ਨੰਬਰ ਏ ਸਾਡਾ ਹੈਗਾ ਕਰੈਕਟ ਆਨਸਰ ਕੁਐਸਚਨ ਨੰਬਰ 10 ਚਿੱਟਾ ਲਹੂ ਇਜ਼ ਰਿਟਨ ਬਾਈ ਚਿੱਟਾ ਲਹੂ ਇੱਕ ਨੋਵਲ ਹੈ ਇੱਕ ਪੁਸਤ ਹੈਗਾ ਜੋ ਕਿਸ ਦੇ ਦੁਆਰਾ ਲਿਖਿਆ ਗਿਆ ਚਿੱਟਾ ਲਹੂ ਏ ਇਹਨਾਂ ਦੇ ਰਾਈਟਰ ਦਾ ਨਾਮ ਹੈਗਾ ਜੀ ਨਾਨਕ ਸਿੰਘ ਚਿੱਟਾ ਲਹੂ ਲਿਖਿਆ ਗਿਆ ਨਾਨਕ ਸਿੰਘ ਜੀ ਦੇ ਦੁਆਰਾ ਆਪਸ਼ਨ ਨੰਬਰ ਡੀ ਇਸ ਦਾ ਕਰੈਕਟ ਆਨਸਰ ਚਲੋ ਕੁਐਸਚਨ ਨੰਬਰ 11 ਵਟ ਇਜ਼ ਦਾ ਸਕ੍ਰਿਪਟ ਜਿਹੜੀ ਸਕ੍ਰਿਪਟ ਕੀ ਆ ਇਨ ਵਿੱਚ ਦਸਮ ਗ੍ਰੰਥ ਵਾਸ ਰਿਟਨ ਜਿਹੜੇ ਸਾਡੇ ਦਸਮ ਗ੍ਰੰਥ ਆ ਉਹ ਲਿਖੇ ਗਏ ਸਗੇ ਕਿਹੜੀ ਸਕ੍ਰਿਪਟ ਦੇ ਵਿੱਚ ਦੇਵਨਾਗਰੀ ਉਰਦੂ ਗੁਰਮੁਖੀ ਦੇ ਪਰਸ਼ੀਅਨ ਉਮੀਦ ਹੈ ਕਿ ਇਹਦਾ ਕੁਐਸਚਨ ਦਾ ਆਨਸਰ ਤਾਂ ਕੋਈ ਵੀ ਗਲਤ ਨਹੀਂ ਦੇਊਗਾ ਬਹੁਤ ਈਜ਼ੀ ਹੈ ਇਹਦਾ ਆਨਸਰ ਹੈਗਾ ਜੀ ਗੁਰਮੁਖੀ ਗੁਰਮੁਖੀ ਸਕ੍ਰਿਪਟ ਠੀਕ ਹੈ ਗੁਰਮੁਖੀ ਸਕ੍ਰਿਪਟ ਦੇ ਵਿੱਚ ਸਾਡੇ ਦਸਮ ਗ੍ਰੰਥ ਲਿਖੇ ਗਏ ਸਗੇ ਚਲੋ ਅਗਲਾ ਕੁਐਸਚਨ ਦੇਖਦੇ ਹਾਂ ਕੁਐਸਚਨ ਨੰਬਰ 12 ਇਨ ਦਾ 올ਡ ਪੰਜਾਬ sun temple was situated at ਕੰਦੇਲਾ ਸਨ ਟੈਂਪਲ ਆ ਪੁਰਾਣੇ ਪੰਜਾਬ ਵਿੱਚ ਕਿੱਥੇ ਸੀਗਾ ਉਹ ਹੈਗਾ ਸੀ ਕਿਹੜੇ ਕਿੱਥੇ ਸਿਚੁਏਟਡ ਸੀਗਾ ਕਿੱਥੇ ਸੀਗਾ ਹੁਸ਼ਿਆਰਪੁਰ ਸੀਗਾ ਜੀ ਅੰਮ੍ਰਿਤਸਰ ਸੀਗਾ ਪੇਸ਼ਾਵਰ ਸੀਗਾ ਜਾਂ ਮਲਤਾਨ ਤੇ ਜੋ ਇਹਦਾ ਸਹੀ ਆਨਸਰ ਹੈ ਉਹ ਸਾਡੇ ਕੋਲ ਹੈਗਾ ਮਲਤਾਨ ਮਲਤਾਨ ਦੇ ਵਿੱਚ ਸਨ ਟੈਂਪਲ ਪਾਇਆ ਜਾਂਦਾ ਸੀਗਾ ਪੁਰਾਣੇ ਪੰਜਾਬ ਦੀ ਗੱਲ ਕਰ ਰਹੀ ਆ ਜਦੋਂ ਆਜ਼ਾਦੀ ਨਹੀਂ ਸੀ ਮੇਰੀ ਉਸ ਟਾਈਮ ਦੀ ਚਲੋ ਝੂਮਰ ਡਾਂਸ ਨੈਕਸਟ ਕੁਐਸਚਨ ਹੈ ਸਾਡੇ ਕੋਲੇ ਕੁਐਸਚਨ ਨੰਬਰ 13 ਝੂਮਰ ਡਾਂਸ ਜਿਹੜਾ ਹੈਗਾ ਉਹ ਕਿੱਥੋਂ ਬਿਲੋਂਗ ਕਰਦਾ ਝੂਮਰ ਇਕ ਬਿਲੋਂਗ ਕਰਦਾ ਜੀ ਸੰਦਲਵਾਰ ਤੋਂ ਸੰਦਲਵਾਰ ਤੋਂ ਆਪਸ਼ਨ ਨੰਬਰ ਸੀ ਇਸ ਦਾ ਕਰੈਕਟ ਆਨਸਰ ਇੱਥੋਂ ਬਿਲੋਂਗ ਕਰਦਾ ਹੈ ਚਲੋ ਨੈਕਸਟ ਕੁਐਸਚਨ ਆ ਸਾਡੇ ਕੋਲੇ ਕੁਐਸਚਨ ਨੰਬਰ 14 ਪੰਜਾਬ ਲੀਡਸ ਇਨ ਦਾ ਪ੍ਰੋਡਕਸ਼ਨ ਆਫ ਵਿਚ ਸਿਟਰਸ ਫਰੂਟ ਸਿਟਰਸ ਫਰੂਟ ਮੀਨਸ ਖੱਟੇ ਫਰੂਟ ਹੁੰਦੇ ਆ ਕਹਿੰਦੇ ਪੰਜਾਬ ਕਿਹੜੇ ਸਿਟਰਸ ਫਰੂਟ ਦੇ ਵਿੱਚ ਪ੍ਰੋਡਕਸ਼ਨ ਦੇ ਵਿੱਚ ਲੀਡ ਕਰ ਰਿਹਾ ਕਿ ਸਭ ਤੋਂ ਜ਼ਿਆਦਾ ਕਿੱਥੇ ਪ੍ਰੋਡਕਸ਼ਨ ਕਿਹੜੇ ਫਰੂਟ ਦੀ ਹੁੰਦੀ ਆ ਪੰਜਾਬ ਦੇ ਵਿੱਚ ਸਾਨੂੰ ਪਤਾ ਜਦੋਂ ਵੀ ਮੌਸਮ ਆਉਂਦਾ ਕਿੰਨੂ ਦਾ ਮੌਸਮ ਆਉਂਦਾ ਸਾਡੇ ਕੋਲ ਜੀ ਬਹੁਤ ਜ਼ਿਆਦਾ ਕਿੰਨੂ ਹੁੰਦਾ ਤੁਹਾਨੂੰ ਰੋੜਾ ਤੇ ਮਿਲਦਾ ਇਸ ਕਰ ਕਿੰਨੂ ਇਸ ਦਾ ਕਰੈਕਟ ਆਨਸਰ ਚਲੋ ਕੁਐਸਚਨ ਨੰਬਰ 15 ਵਾਟ ਇਜ਼ ਆਪਰੇਸ਼ਨ ਫਲੱਡ ਰਿਲੇਟਡ ਟੂ ਕਹਿੰਦੇ ਜਿਹੜਾ ਆਪਰੇਸ਼ਨ ਫਲੱਡ ਆ ਉਹ ਕਾਦੇ ਨਾਲ ਰਿਲੇਟ ਕਰਦਾ ਫਿਸ਼ ਪ੍ਰੋਡਕਸ਼ਨ ਦੇ ਨਾਲ ਨਹੀਂ ਜੀ ਫਲੱਡ ਕੰਟਰੋਲ ਇਹ ਵੀ ਆਪਸ਼ਨ ਨਹੀਂ ਹੈਗਾ ਸਾਡਾ ਕਿਨੂ ਪ੍ਰੋਡਕਸ਼ਨ ਇਹ ਵੀ ਨਹੀਂ ਹੈਗਾ ਤੇ ਸਾਡਾ ਆਨਸਰ ਹੈਗਾ ਮਿਲਕ ਪ੍ਰੋਡਕਸ਼ਨ ਆਪਸ਼ਨ ਨੰਬਰ ਸੀ ਮਿਲਕ ਪ੍ਰੋਡਕਸ਼ਨ ਦੇ ਨਾਲ ਫਲੱਡ ਜੋ ਆਪਰੇਸ਼ਨ ਆਫ ਫਲੱਡ ਹੈ ਉਹ ਰਿਲੇਟ ਕਰਦਾ ਨੈਕਸਟ ਸਾਡੇ ਕੋਲੇ ਕੁਐਸਚਨ ਨੰਬਰ 16 ਵਾਟ ਇਜ਼ ਦਾ ਸਿੰਧ ਹਿੱਲੀ ਟੈਰਨ ਕਾਲਡ ਇਨ ਦਾ ਪੁਰਾਣਿਕ ਪੀਰੀਅਡ ਜਿਹੜੇ ਸਾਡੇ ਸਿੰਧ ਹਿੱਲੀ ਟੈਰਨਾ ਸਿੰਧ ਦੇ ਏਰੀਆ ਦੇ ਜਿਹੜੇ ਵਿੱਚ ਟੈਰਨ ਪਾਇਆ ਜਾਂਦਾ ਹਿੱਲੀ ਟੈਰਨਸ ਉਹਨਾਂ ਨੂੰ ਪੁਰਾਣਿਕ ਪੀਰੀਅਡ ਦੇ ਵਿੱਚ ਕੀ ਕਿਹਾ ਜਾਂਦਾ ਸੀਗਾ ਸਾਡਾ ਕੁਐਸਚਨ ਏ ਆ ਜੀ ਚਲੋ ਇਹਦਾ ਆਪਸ਼ਨ ਹੈ ਸਾਡੇ ਕੋਲ ਜਿਵੇਂ ਕਿ ਦਿੱਤਾ ਗਿਆ ਹੈ ਵਹਲਿਕ ਦੂਜਾ ਹੈ ਕੰਧਾਰ ਤੀਜਾ ਹੈ ਵਹਿਕਾ ਐਂਡ ਪੰਚਨਦ ਤੇ ਜੋ ਇਹਦਾ ਸਹੀ ਆਨਸਰ ਹੈ ਕੁਐਸਚਨ ਨੰਬਰ 16 ਦਾ ਹੋਏਗਾ ਜੀ ਕੰਧਾਰ ਆਪਸ਼ਨ ਨੰਬਰ B ਇਜ਼ ਦਾ ਕਰੈਕਟ ਆਨਸਰ ਚਲੋ ਨੈਕਸਟ ਦੇਖਦੇ ਆਪਾਂ ਕੁਐਸਚਨ ਨੰਬਰ 17 ਵੇਅਰ ਆਰ ਦਾ ਮਾਸਟਰਪੀਸ ਆਫ ਦਾ ਕੰਧਾਰ ਸਟਾਈਲ ਪ੍ਰੀਜ਼ਰਵ ਕੰਧਾਰ ਸਟਾਈਲ ਜਿਹੜਾ ਹੈਗਾ ਆ ਉਹਦੇ ਮਾਸਟਰਪੀਸ ਕਿੱਥੇ ਪ੍ਰੀਜ਼ਰਵ ਕਰਕੇ ਕੀਤੇ ਗਏ ਆ ਚੰਡੀਗੜ੍ਹ ਫਿਰੋਜ਼ਪੁਰ ਜਲੰਧਰ ਜਾਂ ਲੁਧਿਆਣਾ ਤੇ ਸਹੀ ਆਨਸਰ ਹੈ ਸਾਡੇ ਕੋਲੇ ਚੰਡੀਗੜ੍ਹ ਆਪਸ਼ਨ ਨੰਬਰ A ਚੰਡੀਗੜ੍ਹ ਦੇ ਵਿੱਚ ਇਹਨਾਂ ਨੂੰ ਪ੍ਰੀਜ਼ਰਵ ਕਰਕੇ ਰੱਖਿਆ ਗਿਆ ਨੈਕਸਟ ਕੁਐਸਚਨ ਹੈ ਕੁਐਸਚਨ ਨੰਬਰ 18 ਵੇਅਰ ਇਜ਼ ਸ਼ਤ ਬੀੜ ਜੂਲੋਜੀਕਲ ਪਾਰਕ ਸ਼ਤ ਬੀੜ ਜੂਲੋਜੀਕਲ ਪਾਰਕ ਸਾਨੂੰ ਕਿੱਥੇ ਮਿਲਦਾ ਬਹੁਤ ਈਜ਼ੀ ਇਹ ਮੇਰੇ ਦਾ ਸਾਨੂੰ ਮੁਹਾਲੀ ਦੇ ਏਰੀਆ ਵਿੱਚ ਆਪਸ਼ਨ ਨੰਬਰ ਸੀ ਇਸ ਦਾ கரੈਕਟ ਆਨਸਰ ਚਲੋ ਨੈਕਸਟ ਕੁਐਸਚਨ ਆ ਸਾਡੇ ਕੋਲੇ ਹਾਂਜੀ ਆਪਾਂ ਇਹਦੀ ਜਲਦੀ ਜਲਦੀ ਵੈਰੀ ਫਾਸਟ ਬਹੁਤ ਤੇਜ਼ੀ ਨਾਲ ਇਹ ਜਿਹੜਾ ਸੈਸ਼ਨ ਕੰਪਲੀਟ ਕਰਨਾ 100 ਕੁਐਸਚਨ ਨੇ ਮੈਂ ਨਹੀਂ ਚਾਹੁੰਦਾ ਵੀਡੀਓ ਲੰਬੀ ਹੋਵੇ ਤੁਹਾਡਾ ਵੀ ਟਾਈਮ ਘੱਟ ਵੇਸਟ ਹੋਵੇ ਕਿਉਂਕਿ ਇਹ ਜੇ ਤੁਸੀਂ ਕਰ ਲਈਆਂ ਨੈਪ ਤਹਿਸੀਲਦਾਰ ਦੇ ਪੇਪਰ ਦੇ ਵਿੱਚ ਪੰਜ ਛੇ ਕੁਐਸਚਨ ਤੁਹਾਨੂੰ ਪੰਜਾਬ ਜੀਕ ਦੇ ਵਿੱਚੋਂ ਮਿਲ ਹੀ ਜਾਣੇ ਆ ਚਲੋ ਫਿਰ ਹੈਗਾ ਕੁਐਸਚਨ ਨੰਬਰ 19 ਵਾਟ ਆਰ ਦਾ ਫੋਡਰ ਕ੍ਰੌਪ ਆਫ ਪੰਜਾਬ ਪੰਜਾਬ ਦੀਆਂ ਫੋਡਰ ਕ੍ਰੌਪ ਕਿਹੜੀਆਂ ਕਿਹੜੀਆਂ ਨੇ ਬਾਰਲੈਂਡ ਗ੍ਰਾਮ ਬਾਰਲੈਂਡ ਜਵਾਰ ਬਾਰਲੈਂਡ ਅਮਾਜ਼ਨ ਜਵਾਰ ਐਂਡ ਨਨ ਆਫ ðiਜ਼ ਬਾਜਰਾ ਐਂਡ ਜਵਾਰ ਠੀਕ ਹੈ ਜੀ ਆਪਸ਼ਨ ਸਾਡੇ ਕੋਲ ਕੀ ਆਪਸ਼ਨ ਨੰਬਰ 20 ਬਾਜਰਾ ਐਂਡ ਜਵਾਰ ਪਿੰਡ ਵਾਲਿਆਂ ਨੂੰ ਤਾਂ ਪਤਾ ਹੀ ਹੋਊਗਾ ਜੀ ਬਾਜਰਾ ਤੇ ਜਵਾਰ ਜ਼ਿਆਦਾਤਰ ਪਸ਼ੂਆਂ ਨੂੰ ਖਾਣ ਦੇ ਲਈ ਆਪਾਂ ਬੀਜਦੇ ਆਂ ਕੁਐਸਚਨ ਨੰਬਰ 20 ਹੈ ਜੀ ਵਿਚ ਰਿਵਰ ਫਲੋਸ ਥਰੂ ਦਾ ਮਾਲਵਾ ਰੀਜਨ ਮਾਲਵਾ ਰੀਜਨ ਦੇ ਵਿੱਚ ਦੀ ਕਿਹੜਾ ਰਿਵਰ ਕਿਹੜੀ ਫਲੋ ਕਰਦੀ ਹੈ ਜੇ ਪੰਜਾਬ ਨੂੰ ਅਸੀਂ ਤੁਸੀਂ ਦੇਖੋ ਡਿਵਾਈਡ ਕਰੋ ਇੱਕ ਸਾਡੇ ਵਿੱਚ ਦੀ ਸਤਲੁਜ ਰਿਵਰ ਨਿਕਲਦੀ ਹੈ ਜੇ ਇੱਕ ਬਿਆਸ ਦੋ ਤੀਜੀ ਰਾਵੀ ਚਲੋ ਰਾਵੀ ਦਾ ਕਾਰਨਰ ਵਿੱਚ ਦੇ ਨਿਕਲ ਜਾਂਦੀ ਆ ਜੋ ਸਤਲੁਜ ਰਿਵਰ ਦੇ ਸਾਊਥ ਵਾਲਾ ਏਰੀਆ ਉਹਨੂੰ ਅਸੀਂ ਮਾਲਵਾਰੀਜ਼ਨ ਕਹਿੰਦੇ ਆ ਤੇ ਜੋ ਏਰੀਆ ਬਿਆਸ ਤੇ ਸਤਲੁਜ ਦੇ ਵਿਚਕਾਰਲਾ ਨੂੰ ਦੁਆਬਾ ਕਹਿੰਦੇ ਆ ਜੀ ਦੁਆਬਾ ਐਂਡ ਜੋ ਸਾਡੇ ਕੋਲੇ ਇਸ ਬਿਆਸ ਰਿਵਰ ਦੇ ਨਾਰਥ ਵਾਲੀ ਸਾਈਡ ਹੈ ਉਹਨੂੰ ਅਸੀਂ ਕਹਿੰਦੇ ਆ ਜੀ ਮਾਝੇ ਦਾ ਰੀਜਨ ਮਾਝਾ ਏਰੀਆ ਤੇ ਸਾਡੇ ਮਾਲਵੇ ਵਿੱਚ ਜਿਹੜੀ ਰਿਵਰ ਲੰਘਦੀ ਹੋਈ ਹੈ ਜੀ ਕੱਗਰ ਰਿਵਰ অপਸ਼ਨ ਨੰਬਰ ਸੀ ਇਸ ਦਾ ਕਰੈਕਟ ਆਨਸਰ ਕੱਗਰ ਨੀਵਰੇ ਇਥੋਂ ਦੀ ਪਾਸ ਕਰਦੀ ਆ ਫੇਰੇ ਆ ਸਾਡੇ ਕੋਲ ਸਰਹੰਦ ਸਰਹੰਦ ਕਨਾਲ ਇਜ਼ ਕਨੈਕਟਡ ਵਿਦ ਰਿਵਰ ਕਹਿੰਦੀ ਕਿਹੜੀ ਰਿਵਰ ਦੇ ਨਾਲ ਸਰਹੰਦ ਜਿਹੜੀ ਕਨਾਲ ਆ ਨਦੀ ਆ ਉਹ ਕਨੈਕਟ ਕੀਤੀ ਆ ਸਰਹੰਦ ਵਾਲੀ ਨਹਿਰ ਜੇ ਤੁਸੀਂ ਦੇਖੀ ਹੋਵੇ ਸਾਨੂੰ ਪਤਾ ਉਹ ਸਤਲੁਜ ਰਿਵਰ ਤੋਂ ਨਿਕਲਦੀ ਆ ਠੀਕ ਹੈ ਤੇ অপਸ਼ਨ ਨੰਬਰ A ਇਜ਼ ਦਾ ਕਰੈਕਟ ਆਨਸਰ ਚਲੋ ਕੁਐਸਚਨ ਨੰਬਰ 22 ਦੇਖਦੇ ਆ ਇਨ ਵਿਚ ਡਿਸਟ੍ਰਿਕਟ ਆਰ ਦਾ ਚੋਸ ਸਿਚੁਏਟਡ ਕਹਿੰਦੇ ਜਿਹੜਾ ਚੋ ਆ ਉਹ ਕਿਹੜੀ ਡਿਸਟ੍ਰਿਕਟ ਦੇ ਵਿੱਚ ਸਿਚੁਏਟਡ ਆ ਕਿਹੜੀ ਡਿਸਟ੍ਰਿਕਟ ਦੇ ਵਿੱਚ ਸਾਨੂੰ ਮਿਲਦੇ ਆ ਚੋ ਹੁੰਦੇ ਕੀ ਆ ਪਹਿਲਾਂ ਜੋ ਉਹ ਏਰੀਆ ਹੁੰਦੇ ਨੇ ਪਹਾੜਾਂ ਚੋਂ ਪਾਣੀ ਆਉਂਦਾ ਆ ਤਾਂ ਉਹ ਥੋੜੀਆਂ ਥੋੜੀਆਂ ਛੋਟੀਆਂ ਛੋਟੀਆਂ ਨਦੀਆਂ ਚੋ ਟਾਈਪ ਹੁੰਦੇ ਆ ਥੋੜਾ ਥੋੜਾ ਵਾਟਰ ਨਿਕਲਦਾ ਆ ਹੁਣ ਸਾਨੂੰ ਪਤਾ ਜਿਹੜਾ ਸਾਡੇ ਪੰਜਾਬ ਦਾ ਜੇ ਤੁਸੀਂ ਮੈਪ ਧਿਆਨ ਨਾਲ ਦੇਖਾਊਗਾ ਹੁਸ਼ਿਆਰਪੁਰ ਏਰੀਆ ਜਿਹੜਾ ਕਿ ਸ਼ਿਵਾਲਿਕਾ ਹਿਲਜ਼ ਦੇ ਪੈਰਾਂ 'ਚ ਪੈਂਦਾ ਬਾਕੀ ਜਿਹੜੇ ਏਰੀਆ ਸਾਨੂੰ ਉਹ ਥੱਲੇ ਮਿਲਦੇ ਹਾਲਾਂਕਿ ਪਠਾਨਕੋਟ ਦੇ ਗੁਰਦਾਸਪੁਰ ਵੀ ਉਧਰ ਨੂੰ ਪੈਂਦੇ ਆ ਪਰ ਹੁਸ਼ਿਆਰਪੁਰ ਦਾ ਏਰੀਆ ਜ਼ਿਆਦਾ ਪੈਂਦਾ ਠੀਕ ਹੈ ਤੇ ਸਾਡਾ ਆਨਸਰ ਹੋਊਗਾ ਜੀ ਹੁਸ਼ਿਆਰਪੁਰ ਹੁਸ਼ਿਆਰਪੁਰ ਦੇ ਵਿੱਚ ਸਾਨੂੰ ਚੋ ਮਿਲਦੇ ਆ ਚਲੋ ਵਿਚ ਟਾਈਪ ਆਫ ਦਾ ਸੋਇਲ ਇਜ਼ ਪ੍ਰੀਡੋਮੀਨੈਂਟ ਇਨ ਦਾ ਦਵਾਬ ਰੀਜਨ ਇਨ ਦਾ ਪੰਜਾਬ ਪੰਜਾਬ ਦੇ ਦਵਾਬੇ ਵਿੱਚ ਕਹਿੰਦੀ ਕਿਹੜੀ ਸੋਇਲ ਜ਼ਿਆਦਾ ਮਿਲਦੀ ਆ ਲੈਟਰੈਟਿਕ ਸੋਇਲ ਆ ਰੈੱਡ ਸੋਇਲ ਆ ਐਲੂਵੀਅਲ ਸੋਇਲ ਆ ਤੇ ਬਲੈਕ ਸੋਇਲ ਆ ਦੇਖੋ ਬਲੈਕ ਸੋਇਲ ਤੇ ਰੈੱਡ ਸੋਇਲ ਸਾਨੂੰ ਨਾ ਮਾਤਰਾ ਬਲੈਕ ਸੋਇਲ ਤਾਂ ਮਿਲਦੀ ਹੀ ਨਹੀਂ ਤੇ ਰੈੱਡ ਸੋਇਲ ਤਾਂ ਨਾ ਮਾਤਰਾ ਬਹੁਤ ਕਿਤੇ ਕੋਈ ਰੇਅਰ ਜਿਹਾ ਪਾਰਟ ਹੋਗਾ ਨਹੀਂ ਤਾਂ ਨਹੀਂ ਮਿਲਦੀ ਠੀਕ ਹੈ ਜੀ ਤੇ ਸਾਨੂੰ ਦਵਾਬੇ ਵਿੱਚ ਮਿਲਦੀ ਆ ਐਲੂਵੀਅਲ ਸੋਇਲ ਸਾਡਾ ਆਪਸ਼ਨ ਨੰਬਰ ਸੀ ਕੀ ਆ ਸਹੀ ਆਨਸਰ ਐਲੋਵियल ਸੋਇਲ ਸਾਨੂੰ ਮਿਲਦੀ ਆ ਦੁਆਬਾ ਰੀਜਨ ਦੇ ਵਿੱਚ ਕੁਐਸਚਨ ਨੰਬਰ 24 ਆ ਪਖੜਾ ਡੈਮ ਕਿਹੜੀ ਰੀਵਰ ਤੇ ਹੈ ਜੀ ਬਹੁਤ ਈਜ਼ੀ ਕੁਐਸਚਨ ਹੈ ਪਖੜਾ ਡੈਮ ਹੈਗਾ ਸਤਲੁਜ ਰੀਵਰ ਤੇ ਤੇ ਪਖੜਾ ਜਿਹੜਾ ਡੈਮ ਹੈ ਉਹ ਸਾਨੂੰ ਹਿਮਾਚਲ ਵਿੱਚ ਮਿਲਦਾ ਹਿਮਾਚਲ ਦੇ ਇੱਕ ਡਿਸਟ੍ਰਿਕਟ ਆ ਬਿਲਾਸਪੁਰ ਡਿਸਟ੍ਰਿਕਟ ਉੱਥੇ ਹੈਗਾ ਚਲੋ ਨੈਕਸਟ ਆ 25 ਨੰਬਰ ਕੁਐਸਚਨ ਦਾ ਜਿਹੜਾ ਸਤਲੁਜ ਤੇ ਬਿਆਸ ਰੀਵਰ ਆ ਉਹ ਕਿੱਥੇ ਜਾ ਕੇ ਮਿਲਦੀਆਂ ਕਿਹੜੇ ਪੁਆਇੰਟ ਤੇ ਸਾਨੂੰ ਪਤਾ ਉਹ ਪੁਆਇੰਟ ਹੈਗਾ ਸਾਡੇ ਕੋਲ ਜੀ ਹਰੀਕੇ ਪੱਤਣ ਹਰੀਕੇ ਪੱਤਣ ਜਾ ਕੇ ਸਤਲੁਜ ਤੇ ਬਿਆਸਰਾਂ ਦੀਆਂ ਦੋਨੇ ਜਣੀਆਂ ਜਾ ਕੇ ਮਿਲ ਜਾਂਦੀਆਂ ਉਹ ਹੈਗਾ ਏਰੀਆ ਹਰੀਕੇ ਪੱਤਣ ਚਲੋ ਨੈਕਸਟ ਕੁਐਸਚਨ ਹੈ ਸਾਡੇ ਕੋਲੇ ਬਚਿੱਤਰਨਾਟਕ ਕਹਿੰਦੇ ਜਿਹੜਾ ਬਚਿੱਤਰਨਾਟਕ ਹੈ ਉਹ ਕਿਹੜੇ ਗੁਰੂ ਜੀ ਦੀ ਆਟੋ ਬਾਇਓਗ੍ਰਾਫੀ ਹੈ ਮੀਨਸ ਕਿਹੜੇ ਗੁਰੂ ਜੀ ਦੇ ਦੁਆਰਾ ਲਿਖਿਆ ਗਿਆ ਹੈ ਬਹੁਤ ਵਾਰ ਇਹ ਕੁਐਸਚਨ ਆ ਚੁੱਕਾ ਆ ਚਾਹੇ ਉਹ ਇਦਾਂ ਸਿੰਗਲ ਕੁਐਸਚਨ ਦੀ ਫਾਰਮ 'ਚ ਆ ਜਾਵੇ ਜਾਂ ਫਿਰ ਇਹ ਸਟੇਟਮੈਂਟ ਦੀ ਫਾਰਮ 'ਚ ਆ ਜਾਵੇ ਤੇ ਉਹ ਸਾਡੇ ਗੁਰੂ ਜੀ ਹੈਗੇ ਆ ਜੀ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪਸ਼ਨ ਨੰਬਰ ਸੀ ਇਸ ਦਾ ਕਰੈਕਟ ਆਨਸਰ ਚਲੋ 27ਵਾਂ ਕੁਐਸਚਨ ਹੈ ਕਿ ਦਾ ਟਾਊਨ ਤਰਨਤਾਰਨ ਜਿਹੜਾ ਤਰਨਤਾਰਨ ਆ ਉਹ ਕਿਹਨਾਂ ਦੇ ਦੁਆਰਾ ਵਸਾਇਆ ਗਿਆ ਠੀਕ ਹੈ ਤਰਨਤਾਰਨ ਕਿਹੜੇ ਗੁਰੂ ਜੀ ਦੇ ਦੁਆਰਾ ਵਸਾਇਆ ਗਿਆ ਆਪਸ਼ਨ ਦੇ ਵਿੱਚ ਸਾਡੇ ਕੋਲੇ ਗੁਰੂ ਅਮਰਦਾਸ ਜੀ ਨੇ ਗੁਰੂ ਅਰਜਨ ਦੇਵ ਜੀ ਨੇ ਗੁਰੂ ਰਾਮਦਾਸ ਜੀ ਨੇ ਤੇ ਗੁਰੂ ਅੰਗਦ ਦੇਵ ਜੀ ਨੇ ਤੇ ਜੋ ਇਹਦਾ ਸਹੀ ਆਨਸਰ ਹੈ ਹੋਇਆ ਜੀ ਗੁਰੂ ਅਰਜਨ ਦੇਵ ਜੀ ਬਹੁਤ ਇੰਪੋਰਟੈਂਟ ਹੈ ਜੀ ਗੁਰੂਆਂ ਦੇ ਨਾਲ ਰਿਲੇਟਡ ਕਿਹੜੀਆਂ ਸਿਟੀਆਂ ਵਸਾਈਆਂ ਜਾਂ ਜਿਵੇਂ ਕੋਈ ਸਿਸਟਮ ਕਿਹੜੇ ਗੁਰੂ ਜੀ ਨੇ ਸਟਾਰਟ ਕੀਤਾ ਇੱਥੋਂ ਕੁਐਸਚਨ ਬਹੁਤ ਬਣਦੇ ਹੁੰਦੇ ਆ ਚਲੋ ਨੈਕਸਟ ਕੁਐਸਚਨ ਹੈ ਸਾਡੇ ਕੋਲੇ 28 ਨੰਬਰ ਕੁਐਸਚਨ ਵਿਚ ਗੁਰੂ ਜੀ ਇਸ ਨੋਨ ਐਸ ਹਿੰਦੀ ਚਾਦਰ ਕਹਿੰਦੇ ਕਿਹੜੇ ਗੁਰੂ ਜੀ ਨੂੰ ਹਿੰਦੀ ਚਾਦਰ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਤੇ ਆਨਸਰ ਹੈ ਸਾਡੇ ਕੋਲੇ ਗੁਰੂ ਤੇਗ ਬਹਾਦਰ ਜੀ ਏ ਆਪਸ਼ਨ ਗੁਰੂ ਤੇਗ ਬਹਾਦਰ ਜੀ ਨੂੰ ਅਸੀਂ ਹਿੰਦੀ ਚਾਦਰ ਦੇ ਨਾਮ ਨਾਲ ਜਾਣਦੇ ਹਾਂ ਚਲੋ ਨੈਕਸਟ ਹੈ ਸਾਡੇ ਕੋਲੇ 29 ਨੰਬਰ ਕੁਐਸਚਨ ਵਿਚ ਗੁਰੂ ਰੋਟ ਆਦ ਗ੍ਰੰਥ ਜਿਹੜੇ ਆਦ ਗ੍ਰੰਥ ਹੈ ਜੀ ਉਹ ਕਿਹੜੇ ਗੁਰੂ ਜੀ ਦੇ ਦੁਆਰਾ ਲਿਖਿਆ ਗਿਆ ਇਹਨਾਂ ਦਾ ਆਨਸਰ ਹੈਗਾ ਸਾਡੇ ਕੋਲੇ ਸਾਨੂੰ ਪਤਾ ਕਿ ਪੰਜਵੀਂ ਪਾਤਸ਼ਾਹੀ ਜੀ ਜੋ ਪੰਜਵੇਂ ਗੁਰੂ ਹੋਏ ਨੇ ਸਾਡੇ ਉਹਨਾਂ ਨੇ ਆਦਿ ਗ੍ਰੰਥ ਨੂੰ ਆਦਿ ਗ੍ਰੰਥ ਦੀ ਰਚਨਾ ਕੀਤੀ ਸੀਗੀ ਉਹ ਹੈਗਾ ਜੀ ਗੁਰੂ ਅਰਜਨ ਦੇਵ ਜੀ ਆਪਸ਼ਨ ਨੰਬਰ ਡੀ ਇਸ ਦਾ ਕਰੈਕਟ ਆਨਸਰ ਚਲੋ ਨੈਕਸਟ ਹੈ ਸਾਡੇ ਕੋਲੇ 30 ਨੰਬਰ ਕੁਐਸਚਨ ਹੂ ਲੇਡ ਦਾ ਫਾਊਂਡੇਸ਼ਨ ਆਫ ਪੰਗੀ ਮਿਸਲ ਪੰਗੀ ਮਿਸਲ ਦੀ ਫਾਊਂਡੇਸ਼ਨ ਕਿਹਨਾਂ ਨੇ ਕੀਤੀ ਆ ਠੀਕ ਹੈ ਜੈ ਸਿੰਘ ਨੇ ਹਰੀ ਸਿੰਘ ਜੀ ਨੇ ਫੂਲਾ ਸਿੰਘ ਜੀ ਨੇ ਤੇ ਕਪੂਰ ਸਿੰਘ ਜੀ ਨੇ ਤੇ ਇਹਨਾਂ ਦਾ ਸਹੀ ਆਨਸਰ ਹੈ ਹਰੀ ਸਿੰਘ ਆਪਸ਼ਨ ਨੰਬਰ ਬੀ ਇਸ ਦਾ ਕਰੈਕਟ ਆਨਸਰ ਮਿਸल्स ਦੇ ਨਾਮ ਅਤੇ ਉਹਨਾਂ ਦੇ ਫਾਊਂਡਿੰਗ ਜੋ ਜਿਨ੍ਹਾਂ ਨੇ ਫਾਊਂਡੇਸ਼ਨ ਕੀਤੀ ਆ ਬਹੁਤ ਹੀ ਇੰਪੋਰਟੈਂਟ ਟਾਪਿਕ ਹੈ ਜ਼ਰੂਰ ਇਹ ਵੀ ਚੀਜ਼ਾਂ ਕਰ ਲਈਆਂ ਤੁਸੀਂ ਇੱਥੋਂ ਵੀ ਕੁਐਸਚਨ ਬਹੁਤ ਬਣਨ ਦੇ ਚਾਂਸਸ ਹੁੰਦੇ ਆ ਬਹੁਤ ਬਹੁਤ ਜ਼ਿਆਦਾ ਵਾਰ ਕੁਐਸਚਨ ਆ ਚੁੱਕਾ ਜੀ ਇਸ ਏਰੀਆ ਦੇ ਵਿੱਚੋਂ ਚਲੋ ਨੈਕਸਟ ਹੈ ਸਾਡੇ ਕੋਲੇ ਕੁਐਸਚਨ ਕੁਐਸਚਨ ਨੰਬਰ 31 ਇਨ ਵਿਚ ਫੇਅਰ ਆਰ ਡੌਂਕੀਜ਼ ਵਰਸ਼ਿਪਡ ਕਹਿੰਦੇ ਵੀ ਕਿਹੜੇ ਮੇਲੇ ਦੇ ਵਿੱਚ ਡੌਂਕੀ ਦੀ ਵਰਸ਼ਿਪ ਹੁੰਦੀ ਹੈ ਪੂਜਾ ਹੁੰਦੀ ਹੈ ਤੇ ਉਹ ਸਾਡੇ ਕੋਲ ਹੈਗਾ ਜੀ ਜਰਗ ਦਾ ਮੇਲਾ ਜਰਗ ਦੇ ਮੇਲੇ ਵਿੱਚ ਡੋਂਕੀ ਦੀ ਵਰਸ਼ਪ ਕੀਤੀ ਜਾਂਦੀ ਹੈ ਚਲੋ ਨੈਕਸਟ ਕੁਐਸਚਨ ਹੈ ਆਪਣੇ ਕੋਲੇ ਕੁਐਸਚਨ ਨੰਬਰ 32 ਵਿਚ ਡਾਂਸ ਇਜ਼ ਓਪਨਲੀ ਪਰਫਾਰਮਡ ਬਾਏ ਦਾ ਫੀਮੇਲਸ ਕਹਿੰਦੇ ਕਿਹੜਾ ਡਾਂਸ ਹੈ ਜਿਹੜਾ ਫੀਮੇਲ ਦੇ ਦੁਆਰਾ ਕੀਤਾ ਜਾਂਦਾ ਮੀਨਸ ਇੱਥੇ ਅਸੀਂ ਇਹ ਦੱਸਣਾ ਕਿ ਓਨਲੀ ਫੀਮੇਲ ਕਿਉਂਕਿ ਬਾਕੀ ਸਾਰੇ ਡਾਂਸ ਦੇ ਵਿੱਚ ਨਾਲ ਮੇਲ ਵੀ ਪਾਰਟਿਸਪੇਟ ਕਰਦੇ ਆ ਲੇਕਿਨ ਅਸੀਂ ਓਨਲੀ ਫੀਮੇਲ ਵਾਲਾ ਦੱਸਣਾ ਤੇ ਉਹ ਸਾਡੇ ਕੋਲ ਹੈਗਾ ਜੀ ਸਮਮੀ ਸਮਮੀ ਉਹ ਡਾਂਸ ਹੈ ਜਿਸ ਨੂੰ ਕੱਲੀਆਂ ਔਰਤਾਂ ਹੀ ਪਰਫਾਰਮ ਕਰਦੀਆਂ ਨੇ ਚਲੋ ਨੈਕਸਟ ਹੈ ਆਪਣੇ ਕੋਲ 33 ਨੰਬਰ ਕੁਐਸਚਨ 33 ਨੰਬਰ ਕੁਐਸਚਨ ਦਾ ਚਾਈਲਡਹੂਡ ਨੇਮ ਆਫ ਦਾ ਗੁਰੂ ਰਾਮਦਾਸ ਜੀ ਵਾਸ ਜਿਹੜੇ ਸਾਡੇ ਗੁਰੂ ਰਾਮਦਾਸ ਜੀ ਹੋਏ ਨੇ ਉਹਨਾਂ ਦਾ ਬਚਪਨ ਦਾ ਨਾਮ ਕੀ ਸੀਗਾ ਉਹ ਸੀਗਾ ਸਾਡੇ ਕੋਲ ਜੀ ਜੇਠਾ ਜੀ ਜੇਠਾ ਭਾਈ ਜੇਠਾ ਜੀ ਠੀਕ ਹੈ অপਸ਼ਨ ਨੰਬਰ ਬੀ ਇਸ ਦਾ ਕਰੈਕਟ ਆਨਸਰ ਚਲੋ ਨੈਕਸਟ ਹੈ ਸਾਡੇ ਕੋਲੇ 34 ਨੰਬਰ ਕੁਐਸਚਨ ਹੂ ਰੋਟ ਦਿੱਲੀ ਕੀ ਗਲੀਆਂ ਦਿੱਲੀ ਕੀ ਗਲੀਆਂ ਨਾਮ ਦਾ ਕੋਈ ਰਾਈਟਿੰਗ ਹੋਈ ਆ ਪੁਸਤਕ ਹੋਈ ਆ ਉਹਨਾਂ ਦੇ ਰਾਈਟਰ ਕੌਣ ਨੇ ਜੀ ਠੀਕ ਹੈ অপਸ਼ਨ ਏ ਹੈਗਾ ਜੀ ਅਮਰਤਾ ਪ੍ਰੀਤਮ অপਸ਼ਨ ਬੀ ਹੈਗਾ ਪੂਰਨ ਸਿੰਘ ਫਿਰ ਹੈਗਾ ਨਾਨਕ ਸਿੰਘ ਫਿਰ ਹੈਗਾ ਦਲੀਪ ਕੌਰ ਟਿਵਾਣਾ ਤੇ ਇਹਦਾ ਸਹੀ ਆਨਸਰ ਹੈ ਅਮਰਤਾ ਪ੍ਰੀਤਮ ਠੀਕ ਹੈ ਜੀ ਸਹੀ ਆਨਸਰ ਕੀ ਹੈ ਅਮਰਤਾ ਪ੍ਰੀਤਮ ਏ অপਸ਼ਨ ਅਮਰਤਾ ਪ੍ਰੀਤਮ ਜੀ ਦੇ ਦੁਆਰਾ ਇਹ ਬੁੱਕ ਲਿਖੀ ਗਈ ਆ ਦਿੱਲੀ ਕੀ ਗਲੀਆਂ ਚਲੋ ਨੈਕਸਟ ਗੋਗਾ ਗੋਗਾ ਨੋਮੀ ਗੋਗਾ ਨੌਮੀ ਦਾ ਜਿਹੜਾ ਫੈਸਟੀਵਲ ਆ ਉਹ ਕਿਹੜੇ ਮੰਥ ਦੇ ਵਿੱਚ ਸੈਲੀਬ੍ਰੇਟ ਕੀਤਾ ਜਾਂਦਾ ਗੋਗਾ ਨੌ ਨੂੰ ਇਹਦਾ ਸਹੀ ਆਨਸਰ ਹੈ ਜੀ ਫੱਗਣ ਠੀਕ ਹੈ ਇਹ ਜਿਹੜੇ ਫੱਗਣ ਦੀ ਮੈਂ ਗੱਲ ਕੀਤੀ ਹੈ ਉਹ ਮੰਥ ਨੇ ਜਿਹੜੇ ਕਿ ਦੇਸੀ ਮਹੀਨੇ ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ ਠੀਕ ਹੈ ਹੁਣ ਮੈਂ ਇੱਕ ਵਾਰ ਤੁਹਾਨੂੰ ਸਾਰੇ ਜਿੰਨੇ ਵੀ ਦੇਸੀ ਮਹੀਨੇ ਆ ਇਹਨਾਂ ਦੇ ਨਾਮ ਮੈਂਸ਼ਨ ਕਰਨ ਲੱਗਾ ਹਾਂ ਤੇ ਪਲੀਜ਼ ਇਹਨਾਂ ਨੂੰ ਨੋਟ ਕਰ ਲਿਓ ਕਿਉਂਕਿ ਇਹ ਇਥੋਂ ਵੀ ਕਈ ਵਾਰ ਕੁਐਸਚਨ ਬਣ ਜਾਂਦਾ ਹੁੰਦਾ ਠੀਕ ਹੈ ਤੇ ਕੋਸ਼ਿਸ਼ ਕਰੋ ਕਿ ਇਹਨਾਂ ਨੂੰ ਤੁਸੀਂ ਨੋਟ ਕਰ ਹੀ ਲਵੋ ਵੈਸੇ ਫੱਗਣ ਜਿਹੜਾ ਹੁੰਦਾ ਉਹ ਫਰਵਰੀ ਮਾਰਚ ਦੇ ਮਹੀਨੇ ਚ ਹੁੰਦਾ ਮੀਨਸ ਜੋ ਨਾਰਮਲ ਸਾਨੂੰ ਪਤਾ ਜਨਵਰੀ ਫਰਵਰੀ ਮਾਰਚ ਉਹਦੇ ਫਰਵਰੀ ਤੋਂ ਮਾਰਚ ਦੇ ਮਹੀਨੇ ਵਿੱਚ ਹੁੰਦਾ ਜਿਹੜੇ ਦੇਸੀ ਮਹੀਨੇ ਹੁੰਦੇ ਆ ਉਹਨਾਂ ਦੀ ਸ਼ੁਰੂਆਤ ਹੁੰਦੀ ਆ ਚੇਤ ਤੋਂ ਜਿਵੇਂ ਅਸੀਂ ਕਹਿੰਦੇ ਜਨਵਰੀ ਫਰਵਰੀ ਉਹ ਇੰਗਲਿਸ਼ ਮਨਤ ਨੇ ਲੇਕਿਨ ਜੋ ਦੇਸੀ ਮਹੀਨੇ ਨੇ ਉਹਨਾਂ ਦੀ ਸ਼ੁਰੂਆਤ ਹੁੰਦੀ ਆ ਚੇਤ ਤੋਂ ਜਿਹਨੂੰ ਅਸੀਂ ਚੇਤਰ ਵੀ ਕਹਿੰਦੇ ਆ ਉਹ ਮਾਰਚ ਤੋਂ ਅਪ੍ਰੈਲ ਤੱਕ ਹੁੰਦਾ ਮੀਨ ਜਦੋਂ ਸੰਗ੍ਰਾਂਦ ਦਾ ਦਿਨ ਹੁੰਦਾ 13 14 15 ਮਾਰਚ ਨੂੰ ਉਦੋਂ ਪਹਿਲਾ ਸਾਲ ਸਟਾਰਟ ਹੁੰਦਾ ਨਵਾਂ ਸਾਲ ਦੇਸੀ ਮਹੀਨੇ ਅਕੋਰਡਿੰਗ ਪਹਿਲਾ ਚੇ ਦੂਜੇ ਨੰਬਰ ਤੇ ਸਾਡੇ ਕੋਲੇ ਵਿਸਾਖ ਹੁੰਦਾ ਤੀਜਾ ਮਹੀਨਾ ਜੇਠ ਹੁੰਦਾ ਚੌਥਾ ਮਹੀਨਾ ਹਾੜ ਹੁੰਦਾ ਪੰਜਵਾਂ ਮਹੀਨਾ ਸੌਣ ਜਿਹਨੂੰ ਸਾਵਣ ਵੀ ਕਹਿੰਦੇ ਆ ਆਪਾਂ ਸੌਣ ਦਾ ਮਹੀਨਾ ਫਿਰ ਭਾਦੋਂ ਦਾ ਮਹੀਨਾ ਫਿਰ ਅੱਸੂ ਦਾ ਮਹੀਨਾ ਫਿਰ ਕੱਤਕ ਉਸ ਤੋਂ ਬਾਅਦ ਮੱਘਰ ਫਿਰ ਪੋ ਦਾ ਮਹੀਨਾ ਫਿਰ ਮਾਘ ਦਾ ਤੇ ਲਾਸਟ ਮਹੀਨਾ ਹੁੰਦਾ ਦੇਸੀ ਫੱਗਣ ਠੀਕ ਹੈ ਜੀ ਤੇ ਜਿਹੜਾ ਗੂਗਾ ਨੌਮੀ ਦਾ ਤਿਉਹਾਰ ਆ ਉਹ ਫੱਗਣ ਦੇ ਵਿੱਚ ਹੀ ਸੈਲੀਬ੍ਰੇਟ ਕੀਤਾ ਜਾਂਦਾ ਇਸ ਕਰਕੇ ਸਾਡਾ ਆਪਸ਼ਨ ਨੰਬਰ A ਇਸ ਦਾ ਕਰੈਕਟ ਆਨਸਰ ਚਲੋ ਨੈਕਸਟ ਹੈ 36 ਨੰਬਰ ਕੁਐਸਚਨ ਹੋਲਾ ਮੱਲਾ ਫਿਰ ਸੈਲੀਬ੍ਰੇਟਡ ਹੈ ਜਿਹੜਾ ਹੋਲਾ ਮੱਲਾ ਦਾ ਤਿਉਹਾਰ ਆ ਉਹ ਕਿੱਥੇ ਸੈਲੀਬ੍ਰੇਟ ਕੀਤਾ ਜਾਂਦਾ ਇਹਦਾ ਕੁਐਸਚਨ ਤਾਂ ਸਾਰਿਆਂ ਨੂੰ ਪਤਾ ਹੀ ਹੋਊਗਾ ਜੀ ਆਨੰਦਪੁਰ ਸਾਹਿਬ ਆਪਸ਼ਨ ਨੰਬਰ C ਚਲੋ ਨੈਕਸਟ ਹੈ ਸਾਡੇ ਕੋਲ 37 ਨੰਬਰ ਕੁਐਸਚਨ ਹੁਣ ਤੁਹਾਨੂੰ ਲੱਗਦਾ ਹੋਊਗਾ ਕਿ ਇੰਨੇ ਈਜ਼ੀ ਸਰ ਨੇ ਕੁਐਸਚਨ ਪਾਏ ਆ ਇਦਾਂ ਦੇ ਕੁਐਸਚਨ ਵੀ ਕਈ ਵਾਰ ਆ ਜਾਂਦੇ ਆ ਜੀ ਠੀਕ ਆ ਈਜ਼ੀ ਕੁ ਔਰ ਜਿਹੜਾ ਮਰਜ਼ੀ ਗਲਤ ਹੋ ਜਾਵੇ ਚਲੋ ਨੈਕਸਟ ਸਾਡੇ ਕੋਲੇ ਫੈਸਟੀਵਲ ਆਫ ਬਸੰਤ ਪੰਚਮੀ ਜਿਹੜਾ ਬਸੰਤ ਪੰਚਮੀ ਦਾ ਫੈਸਟੀਵਲ ਆ ਉਹ ਕਦੋਂ ਸੈਲੀਬ੍ਰੇਟ ਹੁੰਦਾ ਕਿਹੜੇ ਮਹੀਨੇ ਦੇ ਵਿੱਚ ਇਹ ਵੀ ਦੇਸੀ ਆ ਠੀਕ ਹੈ ਜੀ ਤੇ ਸਾਡਾ ਜਿਹੜਾ ਫੈਸਟੀਵਲ ਆਫ ਬਸੰਤ ਪੰਚਮੀ ਇਹ ਮਾਗ ਦੇ ਮਹੀਨੇ ਸੈਲੀਬ੍ਰੇਟ ਹੁੰਦਾ ਮਾਗ ਠੀਕ ਚਲੋ ਅੱਗੇ ਚੱਲਦੇ ਆ ਮੈਨੂੰ ਕਮੈਂਟ ਬਾਕਸ ਦੇ ਵਿੱਚ ਦੱਸਿਓ ਕਿ ਜਿਹੜਾ ਮਾਗ ਦਾ ਮਹੀਨਾ ਆ ਉਹ ਅਕੋਰਡਿੰਗ ਟੂ ਸਾਡੇ ਜਿਹੜੇ ਇੰਗਲਿਸ਼ ਮੰਥ ਆ ਉਹ ਕਿਹੜੇ ਮੰਥ ਦੇ ਵਿੱਚ ਹੁੰਦਾ ਕਿਉਂਕਿ ਸਾਨੂੰ ਪਤਾ ਜਿਹੜਾ ਫੈਸਟੀਵਲ ਆਫ ਬਸੰਤ ਆ ਉਹ ਫਰਬਰੀ ਠੀਕ ਹੈ ਤੇ ਹੁਣ ਤੁਸੀਂ ਮੈਨੂੰ ਦੱਸਿਓ ਕਿ ਕਿਹੜਾ ਮੰਥ ਹੋਊਗਾ ਉਹ ਚਲੋ 38 ਨੰਬਰ ਕੁਐਸਚਨ ਹੈ ਜੀ ਹੂ ਇਜ਼ ਦਾ ਫਾਊਂਡਰ ਆਫ ਮਾਡਰਨ ਪੰਜਾਬੀ ਲਿਟਰੇਚਰ ਮਾਡਰਨ ਪੰਜਾਬੀ ਲਿਟਰੇਚਰ ਦੇ ਫਾਊਂਡਰ ਸੀ ਕਿਹਨਾਂ ਨੂੰ ਕਹਿੰਦੇ ਆ ਤੇ ਸਾਡੇ ਕੋਲ ਆਨਸਰ ਹੈਗਾ ਜੀ ਭਾਈ ਵੀਰ ਸਿੰਘ ਜੀ ਬਹੁਤ ਇੰਪੋਰਟੈਂਟ ਹੈ ਮਾਡਰਨ ਪੰਜਾਬੀ ਲਿਟਰੇਚਰ ਭਾਈ ਵੀਰ ਸਿੰਘ ਜੀ ਚਲੋ ਕੁਐਸਚਨ ਨੰਬਰ 39 ਹੂ ਲੇਡ ਦਾ ਫਾਊਂਡੇਸ਼ਨ ਸਟੋਨ ਆਫ ਦਾ ਦੁਰਗਿਆਣਾ ਮੰਦਿਰ ਦੁਰਗਿਆਣਾ ਮੰਦਿਰ ਦੀ ਫਾਊਂਡੇਸ਼ਨ ਕਿਹਨਾਂ ਨੇ ਰੱਖੀ ਸੀਗੀ ਇਹ ਹੈਗਾ ਸਾਡੇ ਕੋਲ ਜੀ ਮਦਨ 모ਹਨ ਮਾਲਵੀਆ ਬਹੁਤ ਇੰਪੋਰਟੈਂਟ ਕੁਐਸਚਨ ਬਹੁਤ ਵਾਰ ਰਿਪੀਟ ਹੋ ਚੁੱਕਾ ਹੈ ਪੇਪਰਾਂ ਦੇ ਵਿੱਚ ਨੈਕਸਟ ਕੁਐਸਚਨ ਹੈ 40 ਨੰਬਰ ਕੁਐਸਚਨ ਦਾ ਟੋਟਲ ਲਿਟਰੇਸੀ ਰੇਟਸ ਆਫ ਦਾ ਪੰਜਾਬ ਪੰਜਾਬ ਦੀ ਟੋਟਲ ਲਿਟਰੇਸੀ ਰੇਟ ਕਿੰਨੀ ਹੈ ਪੜ੍ਹੇ ਲਿਖੇ ਲੋਕ ਕਿੰਨੇ ਨੇ 76.7% ਆਪਸ਼ਨ ਨੰਬਰ ਡੀ ਜੇ ਅਸੀਂ ਇੰਡੀਆ ਦੀ ਦੇਖੇ ਤਾਂ ਇੰਡੀਆ ਦੀ ਹੈਗੀ ਆ 74% ਦੇ ਅਰਾਊਂਡ ਇਹ 2011 ਦਾ ਡਾਟਾ ਜੀ ਲੇਕਿਨ ਪੰਜਾਬ ਦੀ ਜੋ ਲਿਟਰੇਸੀ ਰੇਟ ਆ ਉਹ ਨੈਸ਼ਨਲ ਲਿਟਰੇਸੀ ਰੇਟ ਨੂੰ ਜ਼ਿਆਦਾ ਆ ਉਦੋਂ ਬਾਅਦ ਇਹ ਸਾਡੇ ਕੋਲ ਜੀ ਸੈਕਸ ਰੇਸ਼ਿਓ ਇਨ ਪੰਜਾਬ ਮੀਨ ਕਿੰਨੇ ਲੜਕਿਆਂ ਪਿੱਛੇ ਕਿੰਨੀਆਂ ਲੜਕੀਆਂ ਨੇ ਉਹ ਤਾਂ ਸਾਨੂੰ ਪਤਾ ਕਿ ਪੰਜਾਬ ਵਿੱਚ ਘਾਟ ਹੀ ਨਹੀਂ ਤੇ ਉਹ ਆਪਸ਼ਨ ਹੈਗਾ ਜੀ ਆਪਸ਼ਨ ਨੰਬਰ 3 ਆਪਸ਼ਨ ਨੰਬਰ 3 893 893 ਠੀਕ ਹੈ ਮੀਨ 1000 ਲੜਕਿਆਂ ਪਿੱਛੇ 893 ਲੜਕੀਆਂ ਨੇ ਚਲੋ ਨੈਕਸਟ ਕੁਐਸਚਨ ਦੇਖਦੇ ਆਪਾਂ ਕੁਐਸਚਨ ਨੰਬਰ 42 ਵਟ ਇਜ਼ ਸਰਪੇਸ਼ ਸਰਪੇਸ਼ ਕਹਿੰਦੇ ਕੀ ਹੈ ਸਰਪੇਸ਼ ਦੇਖੋ ਨੂੰ ਧਿਆਨ ਨਾਲ ਪੜੋ ਸਰਪੇਸ਼ ਮੀਨਸ ਕੋਈ ਇਦਾਂ ਦੀ ਜਿਹੜੀ ਕਿ ਸਰ ਸਰ ਮੀਨਸ ਹੈਡ ਸਿਰ ਤੇ ਲਾਉਣ ਵਾਲੀ ਹੈ ਹੁਣ ਆਪਸ਼ਨ ਪੜੋ ਐਨ ਔਰਨਮੈਂਟ ਵਾਰਮ ਇਨ ਆਰਮ ਕਹਿੰਦੇ ਕੋਈ ਇਦਾਂ ਦਾ ਔਰਨਮੈਂਟ ਜਿਹਨੂੰ ਅਸੀਂ ਪੰਜਾਬੀ ਚ ਕਹਿ ਸਕਦੇ ਹਾਂ ਕਿ ਗਹਿਣਾ ਜਿਹਨੂੰ ਅਸੀਂ ਆਰਮ ਦੇ ਬਾਹਰ ਵਿੱਚ ਪਾਉਣਾ ਠੀਕ ਆ ਕੋਈ ਇਦਾਂ ਦਾ ਔਰਨਮੈਂਟ ਜਿਹਨੂੰ ਸਕਰੀ ਤੇ ਪਾਉਣਾ ਜਿਹੜਾ ਅਸੀਂ ਟਰਬਨ ਤੇ ਪਾਉਣਾ ਦੇਖੋ ਤੀਜਾ ਆਪਸ਼ਨ ਹੈ ਟਰਬਨ ਟਰਬਨ ਕਿੱਥੇ ਹੁੰਦੀ ਹੈ ਸਿਰ ਤੇ ਤੇ ਚੌਥਾ ਆਪਸ਼ਨ ਸਾਡੇ ਕੋਲ neck neck ਤੇ ਵੀ ਨਹੀਂ ਹੋਊਗਾ ਕਿੱਥੇ ਹੋਊਗਾ ਜੀ অপশন নাম্বার ডি সি ইজ দা கரெক্ট আনসার টারবন ਤੇ ਸਰਪੇਸ਼ ਹੁੰਦਾ ਤੁਸੀਂ ਸਰਤਾਜ ਦੇ ਗਾਣੇ ਸੁਨੇ ਹੋਣਗੇ ਤਾਂ ਉਹਦੇ ਵਿੱਚ ਇਹਦਾ ਵਿਚਾਰ ਇਹਦੇ ਵਿੱਚ ਉਹਦਾ ਮੈਂਸ਼ਨ ਹੁੰਦਾ ਕਿ ਸਰਪੇਸ਼ ਲਾਇਆ ਤਾਂ ਮੀਨਸ ਉਹ ਟਰਬਨ ਤੇ ਕੁਝ ਲਾਉਂਦੇ ਨੇ ਚਲੋ ਨੈਕਸਟ ਹੈ ਸਾਡੇ ਕੋਲੇ 43 ਨੰਬਰ ਕੁਐਸਚਨ 올ਡ ਨੇਮ ਕੀ ਹੈ ਕਹਿੰਦੇ ਚਨਾਵਰੀ ਵਰਦਾ ਜਿਹੜੀ ساری ਚਨਾਵਰੀ ਵਰਦਾ 올ਡ ਨੇਮ ਕੀ ਹੈ ਉਹ ਹੈਗਾ ਜੀ অপশন ਨੰਬਰ ਡੀ ਅਕਸਨੀ ਅਕਸਨੀ 올ਡ ਨੇਮ ਹੈ ਚਨਾਬ ਦਾ ਬਹੁਤ ਇੰਪੋਰਟੈਂਟ ਹੈ ਨੈਕਸਟ ਹੈ ਸਾਡੇ ਕੋਲੇ ਹੂ ਲੇਡ ਹੂ ਲੀਡ ਦਾ ਸਿੱਖ ਰਿਵੋਲਟ ਆਫ 1848 ਐਟ ਲਾਹੌਰ ਲਾਹੌਰ ਦੇ ਵਿੱਚ ਕਹਿੰਦੇ ਕਿਹਨਾਂ ਨੇ ਸਿੱਖ ਰਿਵੋਲਟ ਨੂੰ ਲੀਡ ਕੀਤਾ ਸੀਗਾ ਜਦੋਂ ਸਿੱਖ ਰਿਵੋਲਟ ਹੋਈ ਸੀਗੀ ਤੇ ਇਹਦਾ ਆਨਸਰ ਹੈਗਾ ਸਾਡੇ ਕੋਲੇ ਚਤਰ ਸਿੰਘ ਅਟਾਰੀ ਵਾਲਾ অপਸ਼ਨ ਨੰਬਰ ਬੀ ਇਜ਼ ਦਾ ਕਰੈਕਟ ਆਨਸਰ ਚਤਰ ਸਿੰਘ ਅਟਾਰੀ ਵਾਲਾ ਜੀ ਨੇ ਇਹਨੂੰ ਲੀਡ ਕੀਤਾ ਸੀਗਾ 45 ਨੰਬਰ ਕੁਐਸਚਨ ਹੈ ਕਹਿੰਦੇ ਜਿਹੜੀ ਪੰਜਾਬ ਦੇ ਵਿੱਚ ਪੰਜਾਬ ਸਟੇਟ ਨਾਲ ਟ੍ਰੀਟੀ ਹੋਈ ਸੀਗੀ ਟ੍ਰੀਟੀ ਆਫ ਲਾਹੌਰ 1846 ਦੇ ਵਿੱਚ 1846 ਦੇ ਵਿੱਚ 9 ਮਾਰਚ ਨੂੰ ਠੀਕ ਹੈ ਜੀ ਤੇ ਉਹ ਕਿਹਨਾਂ ਨੇ ਕੀਤੀ ਸੀ ਉਸ ਟ੍ਰੀਟੀ ਦੇ ਵਿੱਚ ਕਿਹਨਾਂ ਨੂੰ ਰੇਜੈਂਟ ਰੇਜਨ ਹੁੰਦਾ ਮੀਨਸ ਜਿਹੜਾ ਕੰਟਰੋਲ ਕਰਨ ਵਾਲਾ ਪੰਜਾਬ ਦਾ ਬਣਾ ਸੀਗਾ ਪੰਜਾਬ ਸਟੇਟ ਦਾ ਤੇ ਉਸਗੇ ਰਾਣੀ ਜਿੰਦਗੌਰ ਜੀ ਰਾਣੀ ਜਿੰਦਗੌਰ ਇਹਨਾਂ ਨੂੰ ਰੇਜੈਂਟ ਬਣਾ ਦਿੱਤਾ ਸੀਗਾ ਰੇਜਨ ਮੀਨਸ ਜਿਹੜੇ ਸਾਰੀ ਦੇਖਰੇਖ ਕਰਨਗੇ ਅਕੋਰਡਿੰਗ ਟੂ ਦਾ ਲਾਹੌਰ ਟ੍ਰੀਟੀ ਹੁਣ ਇਸ ਦੇ ਵਿੱਚੋਂ ਸਾਨੂੰ ਇਹ ਵੀ ਪਤਾ ਲੱਗਿਆ ਕਿ ਲਾਹੌਰ ਟ੍ਰੀਟੀ ਕਦੋਂ ਸਾਈਨ ਹੋਈ ਸੀਗੀ ਤੇ ਇਹ ਵੀ ਪਤਾ ਲੱਗ ਗਿਆ ਇਹ ਵੀ ਮੈਂ ਦੱਸ ਦਵਾਂ ਕਿ ਇਹ ਜਿਹੜੀ ਫਰਸਟ ਐਂਗਲੋ ਸਿੱਖ ਵਾਰ ਹੋਸੀ ਜਿਹਦੇ ਤੋਂ ਬਾਅਦ ਸਾਈਨ ਕੀਤੀ ਗਈ ਸੀਗੀ ਐਂਡ ਇਹਦੇ ਵਿੱਚ ਰੇਜੈਂਟ ਕਿਹਨੂੰ ਬਣਾਇਆ ਸੀਗਾ ਪੰਜਾਬ ਦੇ ਰਾਣੀ ਜਿੰਦਕੌਰ ਜੀ ਨੂੰ ਚਲੋ ਨੈਕਸਟ ਸਾਡੇ ਕੋਲੇ ਵਿਚ ਮੂਵਮੈਂਟ ਆਲਸੋ ਨੋਨ ਐਜ਼ ਨਾਮਤਾਰੀ ਮਿਸ਼ਨ 46 ਨੰਬਰ ਕੁਐਸਚਨ ਹੈ ਕਿ ਨਾਮਤਾਰੀ ਮਿਸ਼ਨ ਨੂੰ ਨਾਮਤਾਰੀ ਮਿਸ਼ਨ ਜਿਹੜਾ ਹੈਗਾ ਉਹਨੂੰ ਕਿਸ ਨਾਮ ਨਾਲ ਜਾਣਿਆ ਜਾਂਦਾ ਕੁਕਾ ਮੂਵਮੈਂਟ ਹਾਂਜੀ ਕੀ ਨਾ ਆਨਸਰ ਹੈ ਜੀ ਕੁਕਾ ਮੂਵਮੈਂਟ অপਸ਼ਨ ਨੰਬਰ ਏ ਇਜ਼ ਦਾ ਕਰੈਕਟ ਆਨਸਰ ਚਲੋ ਅੱਗੇ ਚੱਲਦੇ ਹਾਂ ਹੂ ਵਾਸ ਹੈਡ ਆਫ ਕੁਕਾ ਮੂਵਮੈਂਟ ਕੁਕਾ ਮੂਵਮੈਂਟ ਦੇ ਹੈਡ ਕੌਣ ਸੀਗੇ ਠੀਕ ਹੈ ਇਹ ਆਨਸਰ ਹੈ ਸਾਡੇ ਕੋਲ ਜੀ RAM SINGH RAM SINGH ਸੀਗੇ ਕੂਕਾ ਮੂਵਮੈਂਟ ਦੇ ਹੈਡ ਇਹ ਆਪਸ਼ਨ ਇਜ਼ ਦਾ ਕਰੈਕਟ ਆਨਸਰ 48 ਨੰਬਰ ਕੁਐਸਚਨ ਵਿਚ ਅਮੰਗ ਦਾ ਗੁਰੂ ਇੰਟਰੋਡਿਊਸ ਦਾ ਮਸੰਦ ਸਿਸਟਮ ਕਿਹੜੇ ਗੁਰੂ ਜੀ ਨੇ ਕਹਿੰਦੇ ਮਸੰਦ ਸਿਸਟਮ ਨੂੰ ਇੰਟਰੋਡਿਊਸ ਕੀਤਾ ਸੀਗਾ ਮਸੰਦ ਸਿਸਟਮ ਤੇ ਉਹ ਸਾਡੇ ਗੁਰੂ ਹੈਗਾ ਜੀ ਗੁਰੂ ਅਮਰਦਾਸ ਜੀ ਆਪਸ਼ਨ ਨੰਬਰ ਡੀ ਇਜ਼ ਦਾ ਕਰੈਕਟ ਆਨਸਰ ਅਮਰਦਾਸ ਜੀ ਨੇ ਮਸੰਦ ਸਿਸਟਮ ਸ਼ੁਰੂ ਕੀਤਾ ਸੀਗਾ ਚਲੋ ਪੰਜਾਬ ਨੂੰ ਕਦੋਂ ਐਕਸ ਕੀਤਾ ਗਿਆ ਅੰਗਰੇਜ਼ਾਂ ਦੇ ਦੁਆਰਾ ਪੰਜਾਬ ਨੂੰ ਕਦੋਂ ਐਨੈਕਸੇਸ਼ਨ ਮੀਨਸ ਕਦੋਂ ਆਪਦੇ ਕਬਜੇ ਵਿੱਚ ਲਿਆ ਗਿਆ ਤੇ ਉਹ ਸਾਲ ਸੀਗਾ ਜੀ ਆਫਟਰ ਦਾ ਸੈਕੰਡ ਐਂਗਲੋ ਸਿੱਖ ਵਾਰ ਜਦੋਂ ਸੈਕੰਡ ਐਂਗਲੋ ਸਿੱਖ ਵਾਰ ਹੋਈਆ ਉਦੋਂ ਬਾਅਦ ਪੰਜਾਬ ਨੂੰ ਕਬਜੇ ਵਿੱਚ ਲੈ ਲਿਆ ਗਿਆ ਤੇ ਉਹ ਡੇਟ ਹੈਗੀ ਸਾਡੇ ਕੋਲੇ 1849 1849 ਚਲੋ ਨੈਕਸਟ ਹੈ ਸਾਡੇ ਕੋਲੇ ਜੀ ਕੁਐਸਚਨ ਨੰਬਰ 50 50 ਨੰਬਰ ਕੁਐਸਚਨ ਫਤਿਹ ਬੁਰਜ ਵਿਕਟਰੀ ਟਾਵਰ ਜੋ ਕਿ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਯਾਦ ਦੇ ਵਿੱਚ ਬਣਾਇਆ ਗਿਆ ਆ ਦੇਖੋ ਕਈ ਵਾਰ ਕੁਐਸਚਨਾਂ ਦੇ ਵਿੱਚੋਂ ਵੀ ਆਨਸਰ ਮਿਲ ਜਾਂਦੇ ਆ ਕਵੈਸਚਨ ਇਹ ਵੀ ਪੁੱਛ ਸਕਦੇ ਆ ਕਿ ਫਤਿਹ ਜਿਹੜਾ ਬੁਰਜ ਆ ਜਾਂ ਵਿਕਟਰੀ ਆਫ ਟਾਵਰ ਆ ਉਹ ਕਿਹਨਾਂ ਦੀ ਯਾਦ ਦੇ ਵਿੱਚ ਬਣਾਇਆ ਗਿਆ ਕਿਹਨਾਂ ਦੀ ਮੈਮਰੀ ਦੇ ਵਿੱਚ ਬਣਾਇਆ ਗਿਆ ਹੋਵੇ ਕਿ ਸਾਡੇ ਕੋਲੇ ਬਾਬਾ ਬੰਦਾ ਸਿੰਘ ਬਹਾਦਰ ਕਿੱਥੇ ਸਿਚੁਏਟਿਡ ਆ ਜੀ ਚੱਪੜ ਜਿੜੀ ਦਾ ਨਾਮ ਤੁਸੀਂ ਸੁਣਿਆ ਹੋਊਗਾ ਜੋ ਕਿ ਮੁਹਾਲੀ ਡਿਸਟ੍ਰਿਕਟ ਦੇ ਵਿੱਚ ਪੈਂਦਾ ਆ ਤੇ ਸਾਡਾ ਆਪਸ਼ਨ ਨੰਬਰ A ਹੋ ਗਿਆ ਸਹੀ ਆਨਸਰ ਚਲੋ ਅੱਗੇ ਚੱਲਦੇ ਆ ਕਵੈਸਚਨ ਨੰਬਰ 51 ਹੂ ਹੂ ਇਜ਼ ਦਾ ਫਰਸਟ ਪੰਜਾਬੀ ਨੋਬਲਿਸਟ ਜਿਹਨਾਂ ਨੂੰ ਕੀ ਜਨਪੀਠ ਔਰ ਮਿਲਿਆ ਸੀਗਾ ਇਦਾਂ ਦੇ ਕਿਹੜੇ ਫਰਸਟ ਪੰਜਾਬੀ ਨੋਬਲਿਸਟ ਹੋਏ ਨੇ ਠੀਕ ਹੈ ਜੀ ਤੇ ਉਹ ਸਾਡੇ ਹੋਏ ਨੇ ਗੁਰਦੇਵਾਲ ਸਿੰਘ ਜੀ ਠੀਕ ਹੈ ਸ਼੍ਰੀ ਗੁਰਦੇਵਾਲ ਸਿੰਘ ਜੀ ਜਿਨ੍ਹਾਂ ਨੂੰ ਕੀ ਫਰਸਟ ਪੰਜਾਬੀ ਜਨਪਿਤ ਅਵਾਰਡ ਮਿਲਿਆ ਨੈਕਸਟ ਸਾਡੇ ਕੋਲੇ ਕੁਐਸਚਨ ਨੰਬਰ 52 ਵਿਚ ਟਾਈਪ ਆਫ ਦਾ ਫੋਲੋਇੰਗ ਸੋਇਲ ਟਾਈਪ ਨਾਟ ਫਾਊਂਡ ਇਨ ਪੰਜਾਬ ਪੰਜਾਬ ਵਿੱਚ ਕਿਹੜੀ ਟਾਈਪ ਦੀ ਸੋਇਲ ਨਹੀਂ ਮਿਲਦੀ ਮੈਂ ਦੱਸਿਆ ਸੀਗਾ ਬਲੈਕ ਸੋਇਲ ਠੀਕ ਹੈ ਜੀ ਬਲੈਕ ਸੋਇਲ ਪੰਜਾਬ ਚ ਨਹੀਂ ਮਿਲਦੀ ਆਪਸ਼ਨ ਨੰਬਰ ਸੀ ਇਜ਼ ਦਾ ਕਰੈਕਟ ਆਨਸਰ ਐਸਜੀਪੀਸੀ ਦੇ ਫਰਸਟ ਪ੍ਰੈਜ਼ੀਡੈਂਟ ਕੌਣ ਸੀਗੇ ਜੀ ਠੀਕ ਹੈ ਫਰਸਟ ਪ੍ਰੈਜ਼ੀਡੈਂਟ ਕੌਣ ਸੀਗਾ ਐਸਜੀਪੀਸੀ ਦੇ ਇਹ ਅਨਸਰ ਹੈਗਾ ਜੀ ਬਾਬਾ ਖੜਕ ਸਿੰਘ ਜਦੋਂ ਇਲੈਕਸ਼ਨ ਹੁੰਦਾ ਆ ਇਲੈਕਸ਼ਨ ਤੋਂ ਬਾਅਦ ਜਿਹੜੇ ਪਹਿਲੇ ਪ੍ਰੈਜ਼ੀਡੈਂਟ ਬੰਦੇ ਨੇ ਤੇ ਉਹ ਸੀਗੇ ਸਾਡੇ ਬਾਬਾ ਖੜਕ ਸਿੰਘ ਜੀ ਚਲੋ ਨੈਕਸਟ ਸਾਡੇ ਕੋਲੇ ਹੂ ਇਜ਼ ਦਾ ਕਨਸਿਡਰ ਟੂ ਬੀ ਪਾਇਨੀਅਰ ਆਫ ਪੰਜਾਬੀ ਲਿਟਰੇਚਰ ਟਰੈਡੀਸ਼ਨ ਜਿਹੜਾ ਸਾਡਾ ਪੰਜਾਬੀ ਲਿਟਰੇਰੀ ਆ ਉਹਦੇ ਟਰੈਡੀਸ਼ਨ ਦੇ ਫਾਊਂਡਿੰਗ ਫਾਦਰ ਕਿਹਨਾਂ ਨੂੰ ਕਿਹਾ ਜਾਂਦਾ ਠੀਕ ਹੈ ਤੇ ਸਾਡੇ ਕੋਲੇ ਉਹਦਾ ਅਨਸਰ ਹੈਗਾ ਜੀ ਸ਼ੇਖ ਫਰੀਦ ਜੀ ਨੂੰ ਆਪਸ਼ਨ ਨੰਬਰ ਬੀ ਇਸ ਦਾ ਕਰੈਕਟ ਆਨਸਰ ਸ਼ੇਖ ਫਰੀਦ ਜੀ ਨੂੰ ਅਸੀਂ ਪੰਜਾਬੀ ਲਿਟਰੇਰੀ ਟਰੈਡੀਸ਼ਨ ਦੇ ਫਾਊਂਡਿੰਗ ਫਾਦਰ ਮੰਨੇ ਆ ਚਲੋ ਕੁਐਸਚਨ ਨੰਬਰ 55 ਪੰਜਾਬੀ ਲੈਂਗੁਏਜ ਇਜ਼ ਕਨਸਿਡਰਡ ਟੂ ਬੀ ਸਕੈਸਸਰ ਆਫ ਕਹਿੰਦੇ ਕਿਹੜੀ ਲੈਂਗੁਏਜ ਦਾ ਪੰਜਾਬੀ ਲੈਂਗੁਏਜ ਨੂੰ ਸਕੈਸਸਰ ਮੰਨਿਆ ਜਾਂਦਾ ਮੀਨਸ ਪਹਿਲਾਂ ਕੋਈ ਹੋਰ ਲੈਂਗੁਏਜ ਸੀਗੀ ਉਸ ਤੋਂ ਪੰਜਾਬੀ ਲੈਂਗੁਏਜ ਬਣੀ ਆ ਇਹ ਹੈ ਸਾਡੇ ਕੋਲ ਸੌਰਸੇਨੀ ਪ੍ਰਾਕ੍ਰਿਤ ਪ੍ਰਾਕ੍ਰਿਤ ਆਪਸ਼ਨ ਨੰਬਰ ਸੀ ਇਜ਼ ਦਾ ਕਰੈਕਟ ਆਨਸਰ ਇਹਦੀ ਸਕੈਸਸਰ ਆ ਪੰਜਾਬੀ ਲੈਂਗੁਏਜ ਕੁਐਸਚਨ ਨੰਬਰ 56 ਆ ਜਿਹੜਾ ਰਜੀਵ ਲੋਂਗੋ ਵਾਲ ਅਕੋਰਡ ਆ ਪੰਜਾਬ ਅਕੋਰਡ ਜਿਹਨੂੰ ਅਸੀਂ ਕਹਿੰਦੇ ਆ ਕਦੋਂ ਸਾਈਨ ਕੀਤਾ ਗਿਆ ਠੀਕ ਹੈ ਜੀ ਤੇ ਇਹਦਾ ਸਹੀ ਆਨਸਰ ਹੈ অপਸ਼ਨ ਨੰਬਰ ਡੀ 1985 1985 ਦੇ ਵਿੱਚ ਰਜੀਵ ਲੋਂਗੋ ਵਾਲ ਅਕੋਰਡ ਸਾਈਨ ਕੀਤਾ ਗਿਆ ਕੁਐਸਚਨ ਨੰਬਰ 57 ਵੈਨ ਵਾਸ ਐਸਜੀਪੀਸੀ ਐਸਟੈਬਲਿਸ਼ਡ ਇਨ ਪੰਜਾਬ ਕਹਿੰਦੇ ਜਿਹੜੀ ਐਸਜੀਪੀਸੀ ਆ ਉਹ ਪੰਜਾਬ ਵਿੱਚ ਕਦੋਂ ਸਟੈਬਲਿਸ਼ ਹੋਈ ਸੀਗੀ ਤੇ ਸਾਨੂੰ ਪਤਾ ਇਹਦਾ ਆਨਸਰ ਹੈਗਾ ਜੀ 1920 1920 ਦੇ ਵਿੱਚ ਐਸਜੀਪੀਸੀ ਦੀ ਐਸਟੈਬਲਿਸ਼ਮੈਂਟ ਹੋਈ ਸੀਗੀ ਨੈਕਸਟ ਸਾਡੇ ਕੋਲੇ ਜੀ ਵਿਚ ਇਜ਼ ਦਾ బిਗੇਸਟ ਗ੍ਰੇਨ ਮਾਰਕੀਟ ਇਨ ਪੰਜਾਬ ਜਿਹੜੀ ਅਨਾਜ ਦੀ ਮੰਡੀ ਸਭ ਤੋਂ ਵੱਡੀ ਪੰਜਾਬ ਦੇ ਵਿੱਚ ਕਿਹੜੀ ਹੈ ਸਾਨੂੰ ਪਤਾ ਜੀ ਕਿਹੜੀ ਹੈ ਖੰਨਾ ਦੀ ਮੰਡੀ অপਸ਼ਨ ਨੰਬਰ ਡੀ ਇਜ਼ ਦਾ ਕਰੈਕਟ ਆਨਸਰ ਚਲੋ ਨੈਕਸਟ ਸਾਡੇ ਕੋਲੇ ਕੁਐਸਚਨ ਨੰਬਰ 59 ਅੰਮ੍ਰਿਤਸਰ ਦੀ ਟ੍ਰੀਟੀ ਕਦੋਂ ਸਾਈਨ ਹੋਈ ਸੀਗੀ ਠੀਕ ਹੈ ਜੀ ਅੰਮ੍ਰਿਤਸਰ ਦੀ ਟ੍ਰੀਟੀ 1809 ਦੇ ਵਿੱਚ ਕਿੱਥੇ ਸਾਈਨ ਹੋਈ ਸੀਗੀ ਰੋਪੜ ਦੇ ਵਿੱਚ ਠੀਕ ਹੈ ਜੀ ਯਾਦ ਰੱਖਿਓ ਰੋਪੜ ਚ ਸਾਈਨ ਹੋਈ ਸੀਗੀ 1809 ਦੇ ਵਿੱਚ ਸਾਈਨਿੰਗ ਹੋਈ ਸੀਗੀ ਚਲੋ ਨੈਕਸਟ ਜਿਹੜਾ ਪੰਜਾਬ ਤੇ ਪੈਪਸੂਆ ਕਦੋਂ ਇੱਕ ਦੂਜੇ 'ਚ ਮਰਜ ਹੋ ਗਏ ਸੀਗਾ ਮੀਨਸ ਪੈਪਸੂ ਨੂੰ ਕਦੋਂ ਪੰਜਾਬ 'ਚ ਮਰਜ ਕੀਤਾ ਗਿਆ ਸੀਗਾ ਇਹ ਸੀਗਾ ਸਾਡੇ ਕੋਲ ਸਾਲ 1956 ਦਾ ਜਦੋਂ ਸਟੇਟ ਰੀਆਰਗੇਨਾਈਜੇਸ਼ਨ ਐਕਟ ਆਇਆ ਸੀਗਾ 1956 ਦਾ ਠੀਕ ਹੈ ਥੋੜਾ ਜਿਹਾ ਧਿਆਨ ਨਾਲ ਚੀਜ਼ਾਂ ਦੇਖਿਓ ਕੁਐਸਚਨ ਇਹਨਾਂ ਚੋਂ ਹੀ ਬਣਨੇ ਆ ਯਾਦਵਿੰਦਰਾ ਗਾਰਡਨ ਕਿੱਥੇ ਲੋਕੇਟ ਆ ਜੀ ਯਾਦਵਿੰਦਰਾ ਗਾਰਡਨ ਕੁਐਸਚਨ ਨੰਬਰ 61 ਯਾਦਵਿੰਦਰਾ ਗਾਰਡਨ ਸਾਨੂੰ ਮਿਲਦਾ ਪਿੰਜੌਰ ਦੇ ਵਿੱਚ ਆਪਸ਼ਨ ਨੰਬਰ ਸੀ ਇਸ ਦਾ ਕਰੈਕਟ ਆਨਸਰ ਨੈਕਸਟ ਸਾਡੇ ਕੋਲੇ ਵਿਚ ਸਿਟੀ ਇਜ਼ ਮਾਂਚੈਸਟਰ ਆਫ ਪੰਜਾਬ ਕਿਹੜੀ ਸਿਟੀ ਨੂੰ ਪੰਜਾਬ ਦਾ ਮਾਂਚੈਸਟਰ ਕਿਹਾ ਜਾਂਦਾ ਆ ਬਹੁਤ ਬਾਰ ਇਗਜ਼ਾਮ ਰਿਪੀਟ ਹੋਇਆ ਬਹੁਤ ਬਾਰ ਹੈਗਾ ਸਾਡੇ ਕੋਲ ਜੀ ਲੁਧਿਆਣਾ ਲੁਧਿਆਣਾ ਨੂੰ ਮਾਂਚੈਸਟਰ ਆਫ ਪੰਜਾਬ ਕਿਹਾ ਜਾਂਦਾ ਚਲੋ ਅੱਗੇ ਦੇਖਦੇ ਆ ਕਹਿੰਦੇ ਕੁਐਸਚਨ ਨੰਬਰ 63 ਵਿਚ ਸਿਟੀ ਆਫ ਪੰਜਾਬ ਫੇਮਸ ਫਾਰ ਦਾ ਫਰਨੀਚਰ ਗੁੱਡਜ਼ ਫਰਨੀਚਰ ਗੁੱਡਜ਼ ਲਈ ਕਿਹੜੀ ਸਿਟੀ ਬਹੁਤ ਮਸ਼ਹੂਰ ਹੈ ਠੀਕ ਹੈ ਜੀ ਸਾਡੇ ਕੋਲ ਆਪਸ਼ਨ ਨੇ ਇਹਦੇ ਵਿੱਚ ਆਪਸ਼ਨ ਨੰਬਰ ਏ ਹੈਗਾ ਯਾ ਕੀਰਤਪੁਰ ਮਾਨਸਾ ਕਰਤਾਰਪੁਰ ਤੇ ਖੰਨਾ ਤੇ ਇਹਦਾ ਸਹੀ ਆਨਸਰ ਹੈ ਜੀ ਕਰਤਾਰਪੁਰ ਆਪਸ਼ਨ ਨੰਬਰ ਸੀ ਕਰਤਾਰਪੁਰ ਫੇਮਸ ਨੇ ਫਰਨੀਚਰ ਗੁੱਡਸ ਦੇ ਲਈ ਪੰਜਾਬ ਦੇ ਵਿੱਚ ਚਲੋ ਅੱਗੇ ਦੇਖਦੇ ਹਾਂ 64 ਨੰਬਰ ਕੁਐਸਚਨ ਮਿਨੀ 올림픽 ਕਿੱਥੇ ਹੁੰਦੀਆਂ ਨੇ ਠੀਕ ਹੈ ਮਿਨੀ 올림픽 ਦੇਖੋ ਇਹ ਕੁਐਸਚਨ ਦੋ ਬਾਰ ਆ ਗਿਆ ਸੇਮ ਜਿਹਾ ਇਕੱਠਾ ਹੀ ਕਰਵਾ ਦੇਣਾ ਮੈਂ ਠੀਕ ਹੈ ਜੀ ਲੁਧਿਆਣਾ ਚ ਅਤੇ ਲੁਧਿਆਣਾ ਜੇ ਮੈਂ ਖਾਸ ਕਰਕੇ ਦੇਖਾਂ ਕਿਲਾ ਰਾਏਪੁਰ ਮੈਨੂੰ 올림픽 ਜਿਹਨਾਂ ਨੂੰ ਕਿਲਾ ਰਾਏਪੁਰ ਐਗਜ਼ੈਕਟ मीनिंग ਆ ਲੇਕਿਨ ਉਹ ਨੀਅਰ ਲੁਧਿਆਣਾ ਪੈਂਦਾ ਇਸ ਕਰਕੇ ਇਹਨਾਂ ਨੇ ਇੱਥੇ ਲੁਧਿਆਣਾ ਹੀ ਪੁੱਛਿਆ ਸੀਗਾ ਇਹਨਾਂ ਨੇ ਕਿਲਾ ਰਾਏਪੁਰ ਨਹੀਂ ਪੁੱਛਿਆ ਸੀਗਾ ਮੀਨਸ ਇੱਕ ਕੁਐਸਚਨ ਦੋ ਤਰ੍ਹਾਂ ਵੀ ਆ ਸਕਦਾ ਆ ਤੇ ਸਹੀ ਆਨਸਰ ਇਹ ਹੈਗਾ ਡੀ ਦੋਨੋਂ ਦੇ ਵਿੱਚ ਕਿਲਾ ਰਾਏਪੁਰ ਨੀਅਰ ਲੁਧਿਆਣਾ ਤੇ ਇੱਥੇ ਵੀ ਹੈਗਾ ਸਾਡੇ ਕੋਲ ਲੁਧਿਆਣਾ ਦਾ ਆਪਸ਼ਨ ਤੇ 64 ਤੇ 65 ਦੋਨੇ ਸਾਡੇ ਕੁਐਸਚਨ ਹੋ ਚੁੱਕੇ ਨੇ ਚਲੋ ਨੈਕਸਟ ਚੱਲਦੇ ਆਪਾਂ ਕੁਐਸਚਨ ਨੰਬਰ 66 ਪੰਜਾਬ ਦੇ ਕਿਹੜੇ ਇਦਾਂ ਦੇ ਪੋਇਟ ਨੇ ਜਿਨ੍ਹਾਂ ਨੂੰ ਜਨਪੀਠ ਅਵਾਰਡ ਮਿਲਿਆ ਪੋਇਟ ਦਾ ਨਾਮ ਦੱਸਣਾ ਜੀ ਤੇ ਉਹ ਸਾਡੇ ਕੋਲ ਹੈਗੇ ਨੇ ਅਮਰਤਾ ਪ੍ਰੀਤਮ ਜੀ ਅਮਰਤਾ ਪ੍ਰੀਤਮ ਜੀ ਨੂੰ ਜਨਪੀਠ ਹੌਰ ਮਿਲਿਆ ਉਹ ਪੋਇਟ ਨੇ ਠੀਕ ਹੈ ਆਪਾਂ ਨੋਵਲਿਸਟ ਵੀ ਕਰ ਲਿਆ ਤੇ ਪੋਇਟ ਵੀ ਕਰ ਲਿਆ ਇਹ ਵੀ ਧਿਆਨ ਰੱਖਿਓ ਜੇ ਨਹੀਂ ਯਾਦ ਤਾਂ ਪੁਰਾਣੇ ਵਾਲੇ ਇੱਕ ਵਾਰ ਦੇਖ ਲਿਓ 67 ਨੰਬਰ ਕੁਐਸਚਨ ਹੈ ਪੰਜਾਬ ਦਾ ਪੁਰਾਣਾ ਨਾਮ ਕੀ ਹੈ ਜੀ ਪੰਜਾਬ ਦਾ ਪੁਰਾਣਾ ਨਾਮ ਕੀ ਹੈ ਸप्तसिंधੂ ਕੀ ਹੈ ਪੰਜਾਬ ਦਾ ਪੁਰਾਣਾ ਨਾਮ ਸप्तसिंधੂ ਆਪਸ਼ਨ ਨੰਬਰ ਏ ਬਹੁਤ ਵਾਰ ਪੇਪਰ ਚ ਆ ਚੁੱਕਾ ਹੈ ਕੁਐਸਚਨ ਚਲੋ ਅੱਗੇ ਚੱਲਦੇ ਹਾਂ ਹਾਂਜੀ ਥੋੜਾ ਜਿਹਾ ਮੈਂ ਅੱਗੇ ਵਧਣ ਤੋਂ ਪਹਿਲਾਂ ਇੱਕ ਇਨਫੋਰਮੇਸ਼ਨ ਦੇ ਦਾਂ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਪੰਜਾਬ ਦੇ ਐਗਜ਼ਾਮ ਦੇ ਰਿਲੇਟਡ ਚਾਹੇ ਉਹ ਪੀਪੀਐਸਸੀ ਦਾ ਐਗਜ਼ਾਮ ਹੈ ਜਾਂ ਖਾਸ ਕਰਕੇ ਪੀਸੀਐਸ ਦੀ ਜੇ ਮੈਂ ਗੱਲ ਕਰਾਂ ਪੰਜਾਬ ਪੀਸੀਐਸ ਦੀ ਉਹਦੇ ਰਿਗਾਰਡਿੰਗ ਕਿਸੇ ਵੀ ਤਰ੍ਹਾਂ ਦੀ ਇਨਫੋਰਮੇਸ਼ਨ ਚਾਹੀਦੀ ਹੋਈ ਤਾਂ ਤੁਸੀਂ ਮੈਨੂੰ ਕੰਟੈਕਟ ਕਰ ਲਿਓ ਮੇਰੇ ਨੰਬਰ ਇਸ ਸਕਰੀਨ ਤੇ ਸ਼ੋ ਹੋ ਰਹੇ ਨੇ ਨਾਲ ਦੀ ਨਾਲ ਜਦੋਂ ਵੀ ਜਿਹੜੀ ਇਸ ਵੀ ਪੇਜ ਦਾ ਲਾਸਟ ਥੱਲੇ ਵਾਲਾ ਫੋਲਡਰ ਹੁੰਦਾ ਹੈ ਉੱਤੇ ਲਿਖਿਆ ਹੁੰਦਾ ਮੇਰਾ ਨੰਬਰ ਤੁਸੀਂ ਉੱਥੋਂ ਵੀਡੀਓ ਰੋਕ ਕੇ ਮੇਰਾ ਨੰਬਰ ਲੈ ਕੇ ਮੈਨੂੰ ਕੰਟੈਕਟ ਕਰ ਸਕਦੇ ਹੋ ਜਾਂ ਹੋਰ ਕਿਸੇ ਵੀ ਤਰ੍ਹਾਂ ਦੀ ਇਨਫੋਰਮੇਸ਼ਨ ਦੀ ਲੋੜ ਹੋਈ ਕਿਸੇ ਸਟੱਡੀ ਮਟੀਰੀਅਲ ਲਈ ਜਾਂ ਗਾਈਡੈਂਸ ਦੀ ਵੀ ਲੋੜ ਹੋਈ ਤੁਸੀਂ ਮੈਨੂੰ ਕੰਟੈਕਟ ਕਰ ਲਿਓ ਤਾਂ ਮੈਂ ਤੁਹਾਡੀ ਜੋ ਵੀ ਹੈਲਪ ਹੋਊਗੀ ਉਹ ਕਰੂੰਗਾ ਜੀ ਚਲੋ ਨੈਕਸਟ ਹੈ 68 ਨੰਬਰ ਕੁਐਸਚਨ ਪ੍ਰੈਜ਼ੈਂਟ ਪੰਜਾਬ ਕਹਿੰਦੇ ਕਦੋਂ ਐਗਜ਼ਿਸਟੈਂਸ ਦੇ ਵਿੱਚ ਆਇਆ ਕਦੋਂ ਬਣਿਆ ਸਾਨੂੰ ਪਤਾ ਹੈ 1666 1 ਨਵੰਬਰ ਠੀਕ ਹੈ ਜੀ অপਸ਼ਨ ਨੰਬਰ B ਇਸ ਦਾ கரੈਕਟ ਆਨਸਰ 1 ਨਵੰਬਰ 1665 ਦੇ ਵਿੱਚ ਅੱਜ ਦਾ ਪੰਜਾਬ ਬਣਿਆ ਸੀਗਾ ਉਸ ਤੋਂ ਬਾਅਦ ਹੈਗਾ ਆ ਕਿ ਸਾਡੇ ਕੋਲ ਜੀ ਦਾ ਲੈਂਡ ਆਫ ਫਾਈਵ ਰਿਵਰਸ ਪੰਜਾਬ ਵਾਸ ਨੇਮਡ ਇਨ ਦਾ ਪੁਰਾਨਸ ਕਹਿੰਦੇ ਜਿਹੜਾ ਪੰਜਾਬ ਆ ਪੰਜ ਰੀਵਰਾਂ ਦੀ ਧਰਤੀ ਆ ਇਹਨੂੰ ਪੁਰਾਨਸ ਦੇ ਵਿੱਚ ਕਿਵੇਂ ਮੈਂਸ਼ਨ ਕੀਤਾ ਗਿਆ ਇਹਨੂੰ ਪੁਰਾਨ ਦੇ ਵਿੱਚ ਕੀ ਕਹਿੰਦੇ ਸੀਗੇ ਪੰਚਨਦ ਕੀ ਕਹਿੰਦੇ ਸੀਗੇ ਜੀ ਪੰਚਨਦ অপਸ਼ਨ ਨੰਬਰ D ਇਸ ਦਾ கரੈਕਟ ਆਨਸਰ ਚਲੋ ਅੱਗੇ ਚੱਲਦੇ ਆ ਕੁਐਸਚਨ ਨੰਬਰ 70 ਪੈਪਸੂ ਪੰਜਾਬ ਐਂਡ ਈਸਟ ਪੰਜਾਬ ਸਟੇਟ ਯੂਨੀਅਨ ਦੇਖੋ ਪੈਪਸੂ ਦੀ ਫੁੱਲ ਫਾਰਮ ਵੀ ਪੁੱਛ ਸਕਦੇ ਆ ਤੁਹਾਨੂੰ ਪਤਾ ਹੋਵੇ ਪੰਜਾਬ ਐਂਡ ਈਸਟ ਪੰਜਾਬ ਸਟੇਟ ਯੂਨੀਅਨ ਉਹਦੀ ਕੈਪੀਟਲ ਪੁੱਛਿਆ ਜੀ ਕਿਹੜੀ ਸੀਗੀ ਪਟਿਆਲਾ ਆਪਸ਼ਨ ਨੰਬਰ ਡੀ ਇਸ ਦਾ ਕਰੈਕਟ ਆਨਸਰ ਚਲੋ ਨੈਕਸਟ ਸਾਡੇ ਕੋਲ ਹੈ ਜੀ ਦਾ ਗ੍ਰੇਟਰ ਪਾਰਟ ਆਫ ਦਾ ਪੰਜਾਬ ਇਜ਼ ਕਵਰਡ ਵਿਦ ਕਹਿੰਦਾ ਜਿਹੜਾ ਜ਼ਿਆਦਾਤਰ ਪੰਜਾਬ ਦਾ ਪਾਰਟ ਆ ਉਹ ਕਿਹੜੀ ਸੋਇਲ ਨਾਲ ਕਵਰ ਆ ਸਾਨੂੰ ਪਤਾ ਜਿੰਨਾ ਵੀ ਨਦਰਨ ਇੰਡੀਆ ਆ ਜਾਂ ਸਾਡਾ ਉਹ ਸਾਰੇ ਦਾ ਸਾਰਾ ਐਲੂਵਲ ਸੋਇਲ ਦੇ ਨਾਲ ਕਵਰ ਆ ਨਦਰਨ ਇੰਡੀਆ ਤੇ ਸਾਡਾ ਆਨਸਰ ਹੋਊਗਾ ਆਪਸ਼ਨ ਨੰਬਰ ਏ एलुवियल सोइल चलो नेक्स्ट 72, है क्वेश्चन नंबर 72 पंजाब इज रिच इन पंजाब ਦੇ ਵਿੱਚ ਕਿਹੜੀ ਚੀਜ਼ ਕਹਿੰਦੇ ਜ਼ਿਆਦਾ ਮਿਲਦੀ ਹੈ 골ਡ ਸਾਨੂੰ ਪਤਾ ਨਹੀਂ ਮਿਲਦਾ ਜੀ ਕੋਲ ਆਪਣੇ ਕੋਲ ਹੈ ਹੀ ਨਹੀਂਗਾ ਆਇਲ ਵੀ ਆਪਣੇ ਕੋਲ ਨਹੀਂ ਹੈਗਾ ਤੇ ਸਾਡੇ ਕੋਲ ਕੀ ਹੈ ਜੀ ਰੌਕ ਸਾਲਟ ਰੌਕ ਸਾਲਟ ਆਪਸ਼ਨ ਨੰਬਰ ਸੀ ਇਜ਼ ਦਾ ਕਰੈਕਟ ਆਨਸਰ ਰੌਕ ਸਾਲਟ ਸਾਨੂੰ ਪੰਜਾਬ ਦੇ ਵਿੱਚ ਸਭ ਤੋਂ ਜ਼ਿਆਦਾ ਮਿਲਦਾ ਕਹਿੰਦੇ ਹਿਮਾਲਿਆ ਦੇ ਇੱਕ ਪਾਸ ਆ ਜਿੱਥੋਂ ਦੀ ਬਹੁਤ ਵਾਰ ਜਿਹੜੇ ਬਾਹਰਲੇ ਇਨਵੇਡਰ ਉਹਨਾਂ ਨੇ ਹਮਲਾ ਕੀਤਾ ਠੀਕ ਆ ਬਹੁਤ ਵਾਰ ਮੀਨਸ ਜੇ ਆਪਾਂ ਕਹਦੇ ਆ ਕਿ ਇੰਡੀਆ ਦਾ ਗੇਟਵੇ ਜਾਂ ਪੰਜਾਬ ਦਾ ਗੇਟਵੇ ਜਿਹਨੂੰ ਅਸੀਂ ਕਹਿੰਨੇ ਹਾਂਗੇ ਸਾਡੇ ਕੋਲੇ ਖਾਈਬਰ ਪਾਸ ਖਾਈਬਰ ਪਾਸ ਨੂੰ ਕਹਿੰਨੇ ਆਪਸ਼ਨ ਨੰਬਰ ਬੀ ਖਾਈਬਰ ਪਾਸ ਇਹਨੂੰ ਇੰਡੀਆ ਦਾ ਗੇਟਵੇ ਕਹ ਦਿੰਨੇ ਆ ਪੰਜਾਬ ਦਾ ਗੇਟਵੇ ਕਹ ਦਿੰਨੇ ਆ ਜਾਂ ਮੈਕਸਿਮਮ ਟਾਈਮ ਜਾਂ ਹਮੇਸ਼ਾ ਜਿਹੜੇ ਹਮਲੇ ਹੋਇਆ ਪੰਜਾਬ ਤੇ ਉਹ ਹੋਇਆ ਖਾਈਬਰ ਪਾਸ ਦੇ ਜ਼ਰੀਏ ਚਲੋ ਨੈਕਸਟ ਕੁਐਸਚਨ ਸਾਡੇ ਕੋਲੇ ਜੀ ਦਾ ਮੇਨ ਰੋਡ ਆਫ ਪੰਜਾਬ ਲੋਕੇਟਡ ਔਨ ਐਨ ਐਚ 1 ਜਿਹੜਾ ਕਹਿੰਦੇ ਪੰਜਾਬ ਦਾ ਇੱਕ ਮੇਨ ਰੋਡ ਆ ਜਿਹੜਾ ਕਿ ਐਨ ਐਚ 1 ਤੇ ਲੋਕੇਟ ਆ ਉਹ ਕਿਹੜਾ ਹੈ ਜੀ ਗ੍ਰੈਂਟ ਟ੍ਰੰਕ ਰੋਡ ਜੀਟੀ ਰੋਡ ਜੀਟੀ ਰੋਡ ਠੀਕ ਹੈ ਜੀ ਇਹ ਬਣਿਆ ਸੀਗਾ ਤੁਹਾਨੂੰ ਯਾਦ ਹੋਊਗਾ ਸ਼ੇਰਸਾ ਸੂਰੀ ਨੇ ਬਣਾਇਆ ਸੀਗਾ ਇਹ ਉਹ ਵਾਲਾ ਰੋਡ ਹੈ ਚਲੋ ਨੈਕਸਟ ਹੈ ਸਾਡੇ ਕੋਲ 75 ਨੰਬਰ ਕੁਐਸਚਨ ਆਨੰਦ ਕਾਰਜ ਠੀਕ ਹੈ ਜੀ ਜਿਹੜੇ ਆਨੰਦ ਕਾਰਜ ਆ ਸਾਡੇ ਉਹ ਸਾਡੀ ਇੱਕ ਸੈਰਮਨੀ ਆ ਆਨੰਦ ਕਾਰਜ ਜੋ ਕਿ ਸਿੱਖ ਰਿਲੀਜੀਅਨ ਦੇ ਵਿੱਚ ਇੱਕ ਮੈਰਿਜ ਸੈਰਮਨੀ ਹੈ ਉਸ ਮੈਰਿਜ ਸੈਰਮਨੀ ਨੂੰ ਆਨੰਦ ਕਾਰਜ ਦਾ ਨਾਮ ਦਿੱਤਾ ਗਿਆ ਤੇ ਪੁੱਛ ਰਹੇ ਨੇ ਜੀ ਕਿਹੜੇ ਗੁਰੂ ਜੀ ਨੇ ਨਾਮ ਦਿੱਤਾ ਠੀਕ ਹੈ ਤੇ ਸਾਡੇ ਕੋਲ অপਸ਼ਨ ਨੇ ਗੁਰੂ ਅਰਜਨ ਦੇਵ ਜੀ ਗੁਰੂ ਅੰਗਦ ਦੇਵ ਜੀ ਗੁਰੂ ਅਮਰਦਾਸ ਜੀ ਅਤੇ ਗੁਰੂ ਰਾਮਦਾਸ ਜੀ ਤੇ ਸਾਨੂੰ ਪਤਾ ਹੈ ਜੀ ਗੁਰੂ ਅਮਰਦਾਸ ਜੀ ਨੇ ਆਨੰਦ ਕਾਰਜ ਦਾ ਜੋ ਸਿੱਖ ਮੈਰਿਜ ਸੈਰਮਨੀ ਉਹਦਾ ਨਾਮ ਆਨੰਦ ਕਾਰਜ ਗੁਰੂ ਜੀ ਦਾ ਦਿੱਤਾ ਸੀਗਾ ਠੀਕ ਹੈ ਮੈਨੂੰ ਤੁਸੀਂ ਨਾ ਕਮੈਂਟ ਬਾਕਸ ਦੇ ਵਿੱਚ ਦੱਸੋ ਕਿ ਜਿਹੜੀਆਂ ਲਾਵਾਂ ਨੇ ਲਾਵਾਂ ਦਾ ਜੋ ਪਾਠ ਹੈ ਉਹ ਕਿਹੜੇ ਗੁਰੂ ਜੀ ਦੇ ਦੁਆਰਾ ਉਹਨਾਂ ਦੀ ਕੰਪੋਜੀਸ਼ਨ ਕੀਤੀ ਗਈ ਸੀ ਕਿਹੜੇ ਗੁਰੂ ਜੀ ਨੇ ਉਹਨਾਂ ਨੂੰ ਲਿਖਿਆ ਸੀਗਾ ਲਾਵਾਂ ਠੀਕ ਹੈ ਚਲੋ ਅੱਗੇ ਚੱਲਦੇ ਹਾਂ ਕਵੈਸਚਨ ਨੰਬਰ 76 ਹੂ ਰੋਡ ਦਾ ਸੁਖਮਨੀ ਸਾਹਿਬ ਕਹਿੰਦੇ ਸੁਖਮਨੀ ਸਾਹਿਬ ਉਹ ਕਿਹੜੇ ਗੁਰੂ ਜੀ ਦੇ ਦੁਆਰਾ ਲਿਖਿਆ ਗਿਆ ਤੇ ਇਹਦਾ ਸਹੀ ਆਨਸਰ ਹੈ ਸਾਡੇ ਕੋਲੇ ਗੁਰੂ ਅਰਜਨ ਦੇਵ ਜੀ ਆਪਸ਼ਨ ਨੰਬਰ ਬੀ ਗੁਰੂ ਅਰਜਨ ਦੇਵ ਜੀ ਦੇ ਦੁਆਰਾ ਸੁਖਮਨੀ ਸਾਹਿਬ ਦੀ ਜੋ ਰਚਨਾ ਕੀਤੀ ਗਈ ਹੈ ਕਵੈਸਚਨ ਨੰਬਰ 77 ਦੱਲੇ ਵਾਲੀਆ ਮਿਸਲ ਦੱਲੇ ਵਾਲੀਆ ਮਿਸਲ ਕਹਿੰਦੇ ਕਿਹਨਾਂ ਨੇ ਫਾਊਂਡੇਸ਼ਨ ਕੀਤੀ ਆ ਦੱਲੇ ਵਾਲੀਆ ਦੀ ਤੇ ਉਹ ਹੈ ਸਾਡੇ ਕੋਲੇ ਸਰਦਾਰ ਗੁਲਾਬ ਸਿੰਘ ਸਰਦਾਰ ਗੁਲਾਬ ਸਿੰਘ ਜੀ ਨੇ ਹੀ ਦੱਲੇ ਵਾਲੀਆ ਜੋ ਮਿਸਲ ਹੈ ਉਹਦੀ ਫਾਊਂਡੇਸ਼ਨ ਕੀਤੀ ਹੈ ਨੈਕਸਟ ਚਲਦੇ ਆ 78 ਨੰਬਰ ਕੁਐਸਚਨ ਹੂ ਫਾਊਂਡਡਡ ਦਾ ਗੋਇੰਦਵਾਲ ਸਾਹਿਬ ਕਹਿੰਦੇ ਗੋਇੰਦਵਾਲ ਸਾਹਿਬ ਕਿਹਨਾਂ ਦੇ ਦੁਆਰਾ ਬਸਾਇਆ ਗਿਆ ਠੀਕ ਹੈ ਤੇ ਸਾਡਾ ਆਨਸਰ ਹੈਗਾ ਜੀ ਗੁਰੂ ਅਮਰਦਾਸ ਜੀ ਆਪਸ਼ਨ ਨੰਬਰ ਬੀ ਗੁਰੂ ਅਮਰਦਾਸ ਜੀ ਦੇ ਦੁਆਰਾ ਗੋਇੰਦਵਾਲ ਸਾਹਿਬ ਦੀ ਸਥਾਪਨਾ ਹੋਈ ਸੀਗੀ ਚਲੋ 79 ਨੰਬਰ ਕੁਐਸਚਨ ਦੇਖਦੇ ਆ ਆਯੁਰਵੈਦਿਕ ਸੈਂਟਰ ਕਹਿੰਦੇ ਸੀਗਾ ਜਿਹੜਾ ਕੀਰਤਪੁਰ ਦੇ ਵਿੱਚ ਉਹ ਕਿਹੜੇ ਗੁਰੂ ਜੀ ਨੇ ਉਹਨਾਂ ਨੂੰ ਬਣਵਾਇਆ ਸੀਗਾ ਜਾਂ ਕਿਹੜੇ ਗੁਰੂ ਜੀ ਨੇ ਉਹਦੀ ਸਟੈਬਲਿਸ਼ਮੈਂਟ ਕੀਤੀ ਸੀਗੀ ਫਾਊਂਡੇਸ਼ਨ ਕੀਤੀ ਸੀਗੀ ਕੀਰਤਪੁਰ ਸਾਹਿਬ ਦੇ ਵਿੱਚ ਆ ਸਾਡੇ ਕੋਲੇ ਆ ਠੀਕ ਹੈ ਤੇ ਇਹਦਾ ਆਨਸਰ ਹੈ ਸਾਡੇ ਕੋਲੇ ਜੀ ਗੁਰੂ ਹਰ राय ਜੀ ਆਪਸ਼ਨ ਨੰਬਰ ਬੀ ਗੁਰੂ ਹਰ राय ਜੀ ਨੇ ਆਯੁਰਵੈਦਿਕ ਸੈਂਟਰ ਦੀ ਫਾਊਂਡੇਸ਼ਨ ਕੀਤੀ ਸੀਗੀ ਕੀਰਤਪੁਰ ਸਾਹਿਬ ਦੇ ਵਿੱਚ ਬਹੁਤ ਇੰਪੋਰਟੈਂਟ ਹੈ ਕੁਐਸਚਨ ਗੁਰੂ ਹਰ राय ਜੀ ਚਲੋ ਨੈਕਸਟ ਹੈ ਸਾਡੇ ਕੋਲੇ ਵਿਚ ਇਜ਼ ਦਾ ਸਟੇਟ ਟਰੀ ਆਫ ਦਾ ਪੰਜਾਬ ਪੰਜਾਬ ਦਾ ਸਟੇਟ ਟਰੀ ਕੀ ਹੈ ਸਾਡੇ ਕੋਲੇ ਹੈ ਜੀ ਸ਼ੀਸ਼ਮ ਆਪਸ਼ਨ ਨੰਬਰ ਏ ਇਹ ਵੀ ਇੰਪੋਰਟੈਂਟ ਕੁਐਸਚਨ ਹੈ ਹਾਲਾਂਕਿ ਪੂਰੇ 100 ਦੇ 100 ਹੀ ਬਹੁਤ ਇੰਪੋਰਟੈਂਟ ਕੁਐਸਚਨ ਨੇ ਚਲੋ ਨੈਕਸਟ ਹੈ ਸਾਡੇ ਕੋਲੇ 81 ਨੰਬਰ ਕੁਐਸਚਨ ਦਾ ਪੰਜਾਬ ਸਟੇਟ ਐਨੀਮਲ ਪੰਜਾਬ ਸਟੇਟ ਦਾ ਐਨੀਮਲ ਕਿਹੜਾ ਹੈ ਜੀ এলিਫੈਂਟ ਤੇ ਬਲੈਕਬੱਕ ਤੇ ਸਹੀ ਆਨਸਰ ਹੈ ਸਾਡੇ ਕੋਲੇ ਬਲੈਕਬੱਕ ਆਪਸ਼ਨ ਨੰਬਰ ਡੀ ਕਾਲਾ ਹਿਰਨ ਜਿਹਨੂੰ ਅਸੀਂ ਕਹਿੰਦੇ ਆ ਉਹ ਪੰਜਾਬ ਸਟੇਟ ਦਾ ਐਨੀਮਲ ਹੈ ਸਟੇਟ ਐਨੀਮਲ 82 ਨੰਬਰ ਕੁਐਸਚਨ ਸ਼ੀਸ਼ਮੈਲ ਡਿਵੈਲਪ ਕੀਤਾ ਗਿਆ ਕਹਿੰਦੇ ਜੀ ਕਿਹਨਾਂ ਦੇ ਦੁਆਰਾ ਸ਼ੀਸ਼ਮੈਲ ਦੀ ਡਿਵੈਲਪਮੈਂਟ ਹੋਈ ਹੈ ਠੀਕ ਹੈ ਤੇ ਦੇਖਦੇ ਆ ਕਿਹਨਾਂ ਦੇ ਦੁਆਰਾ ਹੋਈ ਹੈ ਸਾਡੇ ਕੋਲ ਹੈਗੇ ਜੀ ਮਹਾਰਾਜਾ ਨਰਿੰਦਰ ਸਿੰਘ ਜੀ ਆਪਸ਼ਨ ਨੰਬਰ ਬੀ ਸੀਸ ਮੈਰ ਕਿੱਥੇ ਸਾਨੂੰ ਮਿਲਦਾ ਪਟਿਆਲੇ ਵਿੱਚ ਜੇ ਕਦੇ ਮੌਕਾ ਲੱਗੇ ਜੇ ਜਾਂ ਤੁਸੀਂ ਪਟਿਆਲੇ ਤੋਂ ਆਦਿ ਨੂੰ ਦੇਖਿਆ ਹੋਊਗਾ ਓਬਵੀਅਸ ਪਟਿਆਲੇ ਵਾਲਿਆਂ ਨੇ ਤਾਂ ਜੇ ਬਾਕੀ ਸਟੂਡੈਂਟ ਦਾ ਕਿਤੇ ਮੌਕਾ ਲੱਗੇ ਪਟਿਆਲੇ ਘੁੰਮਣ ਦਾ ਤਾਂ ਸੀਸ ਮੈਰ ਜਰੂਰ ਦੇਖ ਕੇ ਆਇਓ ਕਾਫੀ ਸੁੰਦਰ ਇਮਾਰਤ ਹੈ ਇੱਕ ਚਲੋ ਉਦੋਂ ਬਾਅਦ ਹੈਗਾ ਜੀ 83 ਨੰਬਰ ਕੁਐਸਚਨ ਦਾ ਸਟੇਟ ਬੋਰਡ ਆਫ ਪੰਜਾਬ ਬਾਜ ਆਪਸ਼ਨ ਨੰਬਰ ਏ ਬਾਜ ਸਾਡੇ ਪੰਜਾਬ ਦਾ ਸਟੇਟ ਪੰਛੀ ਹੈ ਰਾਜ ਪੰਛੀ ਹੈ ਸਟੇਟ ਪੰਛੀ ਹੈ ਚਲੋ ਨੈਕਸਟ ਸਾਡੇ ਕੋਲ 84 ਨੰਬਰ ਕੁਐਸਚਨ ਕਿਹੜੀ ਸਿਟੀ ਨੂੰ ਅਸੀਂ RAMDASPUR ਦੇ ਨਾਮ ਨਾਲ ਵੀ ਜਾਣਦੇ ਹਾਂ ਜੀ RAMDASPUR ਬਹੁਤ ਈਜ਼ੀ ਕੁਐਸਚਨ ਹੈ ਬਹੁਤ ਇੰਪੋਰਟੈਂਟ ਕੁਐਸਚਨ ਹੈ ਉਹ ਸਿਟੀ ਹੈਗੀ ਸਾਡੇ ਕੋਲ ਜੀ AMRITSAR SAHIB AMRITSAR SAHIB ਨੂੰ ਅਸੀਂ RAMDASPUR ਦੇ ਨਾਮ ਨਾਲ ਵੀ ਜਾਣਦੇ ਹਾਂ ਤੁਸੀਂ ਮੈਨੂੰ ਇਹ ਦੱਸੋ ਕਿ ਇਹ ਸਿਟੀ ਕਿਹੜੇ ਗੁਰੂ ਜੀ ਦੇ ਦੁਆਰਾ ਵਸਾਈ ਗਈ ਹੈ ਬਹੁਤ ਈਜ਼ੀ ਕੁਐਸਚਨ ਦਾ ਆਨਸਰ ਹੋਊਗਾ ਕਿਉਂਕਿ ਇਸ ਕੁਐਸਚਨ ਦੇ ਵਿੱਚ ਹੀ ਦਾ ਆਨਸਰ ਹੈ ਜੀ ਠੀਕ ਹੈ ਤੁਸੀਂ ਗੁਰੂ ਜੀ ਦਾ ਨਾਮ ਦੱਸਣਾ ਕਿ ਕਿਹੜੇ ਗੁਰੂ ਜੀ ਨੇ AMRITSAR ਨੂੰ ਵਸਾਇਆ ਸੀਗਾ ਚਲੋ 85 ਨੰਬਰ ਕੁਐਸਚਨ ਹੈ ਸਾਡੇ ਕੋਲ ਜੀ ਵਿਚ ਆਫ ਦਾ ਫੋਲੋਇੰਗ ਵਾਸ ਨਾਟ ਕੰਟੈਂਪੋਰੀ ਆਫ ਦਾ ਗੁਰੂ ਨਾਨਕ ਦੇਵ ਜੀ ਕਹਿੰਦੇ ਗੁਰੂ ਨਾਨਕ ਦੇਵ ਜੀ ਦੇ ਕੰਟੈਂਪੋਰੀ ਕੌਣ ਨਹੀਂ ਗਏ ਕਹਿੰਦੇ ਬਾਬਰ ਬਹਿਲੋਲ ਲੋਦੀ ਸਿਕੰਦਰ ਲੋਦੀ ਐਂਡ ਅਕਬਰ ਸਾਨੂੰ ਪਤਾ ਕਿ ਅਕਬਰ ਇਹਨਾਂ ਦੇ ਨਹੀਂ ਸੀਗੇ ਜੀ ਕੰਟੈਂਪੋਰੀ ਚਲੋ 86 ਨੰਬਰ ਕੁਐਸਚਨ ਹੈ ਸਿਫਤੀ ਦਾ ਘਰ ਸਿਫਤੀ ਦਾ ਘਰ ਕਹਿੰਦੇ ਜੀ ਕਿਹਨੂੰ ਕਿਹਾ ਜਾਂਦਾ ਕਿਹੜੀ ਸਿਟੀ ਨੂੰ ਸਿਫਤੀ ਦਾ ਘਰ ਕਿਹਾ ਜਾਂਦਾ ਤੇ ਉਹ ਸਾਡੇ ਕੋਲੇ ਅੰਮ੍ਰਿਤਸਰ ਸਾਹਿਬ ਅੰਮ੍ਰਿਤਸਰ ਸਾਹਿਬ ਨੂੰ ਸਿਫਤੀ ਦਾ ਘਰ ਕਿਹਾ ਜਾਂਦਾ ਆਪਸ਼ਨ ਨੰਬਰ ਏ ਇਸ ਦਾ ਕਰੈਕਟ ਆਨਸਰ ਚਲੋ ਅੱਗੇ ਚੱਲਦੇ ਆ 87 ਨੰਬਰ ਕੁਐਸਚਨ ਪੰਜਾਬ ਦੇ ਵਿੱਚ ਕਹਿੰਦੇ ਜਿਹੜਾ ਮੁਹੰਮਦ ਗਜਨੀ ਸੀਗਾ ਉਹਨੇ ਕਿੰਨੀ ਵਾਰ ਅਟੈਕ ਕੀਤਾ ਪੰਜਾਬ ਤੇ ਇਦਾਂ ਦੇ ਕੁਐਸਚਨ ਵੀ ਇਗਜ਼ਾਮ 'ਚ ਮਿਲ ਜਾਂਦੇ ਆ ਮੁਹੰਮਦ ਗਜਨੀ ਨੇ ਪੰਜਾਬ ਤੇ ਕਿੰਨੀ ਵਾਰ ਅਟੈਕ ਕੀਤਾ ਆਪਸ਼ਨ ਨੰਬਰ A ਆ ਜੀ 11 17 15 10 ਤੇ ਸਹੀ ਆਨਸਰ ਇਹਦਾ 17 17 ਟਾਈਮਸ ਮੁਹੰਮਦ ਗਜਨੀ ਨੇ ਪੰਜਾਬ ਤੇ ਹਮਲਾ ਕੀਤਾ ਪੰਜਾਬ ਦੇ ਵਿੱਚ ਲੋਕ ਸਭਾ ਦੀਆਂ ਕਿੰਨੀਆਂ ਸੀਟਾਂ ਨੇ ਟੋਟਲ ਸੀਟਾਂ ਪੰਜਾਬ ਦੇ ਵਿੱਚ ਠੀਕ ਆ ਜੀ ਇਹਦਾ ਆਨਸਰ ਹੈਗਾ ਸਾਡੇ ਕੋਲੇ 13 ਸੀਟਾਂ ਆਪਸ਼ਨ ਨੰਬਰ ਡੀ ਜਿਵੇਂ ਟੋਟਲ ਪਾਰਲੀਮੈਂਟ ਦੀ ਗੱਲ ਕਰਾਂ ਤਾਂ ਸਾਡੇ ਕੋਲੇ ਗੀਆਂ ਜੀ 20 ਸੀਟਾਂ ਜਿਨ੍ਹਾਂ ਦੇ ਵਿੱਚੋਂ ਕਿ 13 ਲੋਕ ਸਭਾ ਦੀਆਂ ਤੇ 7 ਸਾਡੇ ਕੋਲੇ ਰਾਜ ਸਭਾ ਦੀਆਂ ਇਸ ਕਰਕੇ ਦੋਨੇ ਮਿਲ ਕੇ ਬਣ ਗਈਆਂ 20 ਰਾਜ ਸਭਾ ਵਾਲੇ ਮੈਂਬਰ 7 ਆ ਜਰੂਰ ਯਾਦ ਰੱਖਿਓ ਤੇ ਜਿਹੜੇ 5 ਹੁਣ ਨਵੇਂ ਆਪਣੇ ਲੋ ਜਿਹੜੇ ਪੰਜਾਬ ਦੇ ਵਿੱਚੋਂ ਆ ਰਹੇ ਉਹਨਾਂ ਦਾ ਨਾਮ ਵੀ ਜਰੂਰ ਯਾਦ ਰੱਖਿਓ ਬਹੁਤ ਇੰਪੋਰਟੈਂਟ ਆ ਜੀ ਚਲੋ ਨੈਕਸਟ ਆ ਸਾਡੇ ਕੋਲੇ ਜੀ ਟੋਟਲ ਵਿਧਾਨ ਸਭਾ ਦੇ ਸੀਟਾਂ ਸਾਡੇ ਕੋਲ ਕਿੰਨੀਆਂ ਪੰਜਾਬ ਦੇ ਵਿੱਚ ਹੁਣੇ ਇਲੈਕਸ਼ਨ ਹੋ ਕੇ اٹਿਆ 117 ਸੀਟਾਂ 117 ਵਿੱਚੋਂ ਝਾੜੂ ਵਾਲਿਆਂ ਨੇ 92 ਤੇ ਜਿੱਤ ਪ੍ਰਾਪਤ ਕੀਤੀ ਆ ਠੀਕ ਹੈ ਤੇ ਟੋਟਲ ਕਿੰਨੀਆਂ 117 ਚਲੋ ਉਦੋਂ ਵਾਂਗ ਸਾਡੇ ਕੋਲੇ ਜੀ ਕੁਐਸਚਨ ਨੰਬਰ 90 ਟੋਟਲ ਨੰਬਰ ਆਫ ਸੀਟ ਰਾਜ ਸਭਾ ਪੰਜਾਬ ਦੇ ਵਿੱਚ ਆ ਗਈ ਹੋਈ ਗੱਲ ਕੁਐਸਚਨ ਆ ਗਿਆ ਰਿਪੀਟ ਤੇ ਰਾਜ ਸਭਾ ਦੇ ਦੀਆਂ ਪੰਜਾਬ ਦੇ ਵਿੱਚ ਕਿੰਨੀਆਂ ਸੀਟਾਂ ਨੇ ਠੀਕ ਹੈ ਦੱਸਣ ਦੀ ਲੋੜ ਨਹੀਂ ਹੈ ਆਨਸਰ ਸਹੀ ਹੋਊਗਾ ਸਾਰਿਆਂ ਦਾ ਕੀ ਹੈ ਜੀ অপਸ਼ਨ ਨੰਬਰ ਸੀ ਸੱਤ ਸੀਟਾਂ ਨੇ ਰਾਜ ਸਭਾ ਦੀਆਂ ਪੰਜਾਬ ਦੇ ਵਿੱਚ 91st ਨੰਬਰ ਕੁਐਸਚਨ ਫਰਸਟ ਸੀਐਮ ਕੌਣ ਸੀਗੇ ਫਰਸਟ ਚੀਫ ਮਿਨਿਸਟਰ ਆਫ ਪੰਜਾਬ ਪੰਜਾਬ ਦੇ ਪਹਿਲੇ ਚੀਫ ਮਿਨਿਸਟਰ ਹਾਂਜੀ ਜ਼ਰੂਰ ਦੱਸੋ ਮੈਨੂੰ ਉਮੀਦ ਹੈ ਸਾਰਿਆਂ ਨੂੰ ਇਹਦਾ ਆਨਸਰ ਪਤਾ ਹੋਊਗਾ ਗੋਪੀ ਚੰਦ ਭਾਰਗਵ ਕੌਣ ਨੇ ਜੀ ਗੋਪੀ ਚੰਦ ਭਾਰਗਵ ਆਪਸ਼ਨ ਨੰਬਰ ਡੀ ਠੀਕ ਹੈ ਪੁੱਛਣਾ ਮੈਂ ਲਾਸਟ ਤੇ ਕਿ ਕਿਹਦੇ ਕਿੰਨੇ ਸਹੀ ਨੇ ਕੁਐਸਚਨ ਸੋ ਪਲੀਜ਼ ਜੁੜੇ ਰਹੋ ਵੀਡੀਓ ਦੇ ਨਾਲ ਅਜੇ ਤੱਕ ਲਾਈਕ ਨਹੀਂ ਕੀਤੀ ਤਾਂ ਲਾਈਕ ਜ਼ਰੂਰ ਕਰਿਓ ਤੇ ਇਹ ਰਿਹਾ ਮੇਰਾ ਨੰਬਰ ਜਿੱਤੇ ਮੈਂ ਕਹਾਂਗਾ ਕੋਈ ਵੀ ਇਨਫੋਰਮੇਸ਼ਨ ਚਾਹੀਦੀ ਹੋ ਤਾਂ ਮੈਨੂੰ ਕਨੈਕਟ ਕਰ ਲਿਓ ਕੰਟੈਕਟ ਕਰ ਲਿਓ ਮੈਨੂੰ ਜੀ ਇੱਥੇ ਵਟਸਐਪ ਵੀ ਚੱਲਦਾ ਕਾਲਿੰਗ ਵੀ ਹੁੰਦੀ ਆ ਤੁਸੀਂ ਮੈਨੂੰ ਕਾਲ ਵੀ ਕਰ ਸਕਦੇ ਹੋ ਚਲੋ ਅੱਗੇ ਚੱਲਦੇ ਆਂ ਕੁਐਸਚਨ ਨੰਬਰ 92 ਬਸ ਰਹਿ ਗਏ 8 ਕੁਐਸਚਨ ਸਰੇ ਲੱਗ ਚਲੀ ਵੀਡੀਓ ਜੀ ਠੀਕ ਹੈ ਹੂ ਵਾਸ ਦਾ ਫਰਸਟ ਗਵਰਨਰ ਆਫ ਪੰਜਾਬ ਪੰਜਾਬ ਦੇ ਫਰਸਟ ਗਵਰਨਰ ਕੌਣ ਸੀਗੇ ਠੀਕ ਹੈ ਇਹ ਵੀ ਬਹੁਤ ਇੰਪੋਰਟੈਂਟ ਕੁਐਸਚਨ ਆ ਕਾਫੀ ਵਾਰ ਇਗਜ਼ਾਮ ਦੇ ਵਿੱਚ ਆ ਚੁੱਕਾ ਹੈ ਚੰਦੂ ਲਾਲ ਤ੍ਰਿਵੇਦੀ ਕੌਣ ਸੀ ਜੀ ਚੰਦੂ ਚੰਦੂ ਲਾਲ ਜੀ ਤ੍ਰਿਵੇਦੀ ਆਪਸ਼ਨ ਨੰਬਰ A ਇਸ ਦਾ ਕਰੈਕਟ ਆਨਸਰ 93 ਨੰਬਰ ਕੁਐਸਚਨ ਕੇ ਪੀ ਐਸ ਗਿੱਲ ਕਿਹੜੀ ਸਟ ਸਭ ਨੂੰ ਪਤਾ ਪੰਜਾਬ ਆਪਸ਼ਨ ਨੰਬਰ ਬੀ ਪੰਜਾਬ ਤੋਂ ਬਿਲੋਂਗ ਕਰਦੇ ਨੇ ਠੀਕ ਹੈ ਚਲੋ ਨੈਕਸਟ ਸਾਡੇ ਕੋਲੇ ਕੁਐਸਚਨ ਨੰਬਰ 94 ਪੰਜਾਬ ਜੇ 34 ਕਿਸੇ ਕ੍ਰੌਪ ਦੀ ਵੈਰਾਈਟੀ ਦਾ ਨਾਮ ਹੈ ਪੁੱਛਿਆ ਜੀ ਕਿਹੜੀ ਕ੍ਰੌਪ ਹੈ ਇਹ ਤੇ ਹੈਗਾ ਜੀ ਸਾਡੇ ਕੋਲੇ ਕਾਟਨ ਆਪਸ਼ਨ ਨੰਬਰ ਏ ਕਾਟਨ ਦੀ ਕ੍ਰੌਪ ਹੈ ਇਹ ਚਲੋ 96 ਨੰਬਰ ਕੁਐਸਚਨ 96 ਨੰਬਰ ਕੁਐਸਚਨ ਕਹਿੰਦੇ ਹੂ ਅਮੰਗ ਦਾ ਫਾਲੋਇੰਗ ਮੈਂਬਰਸ ਆਫ ਦਾ ਸਟੇਟ ਰੀਆਰਗੇਨਾਈਜ਼ੇਸ਼ਨ ਕਮਿਸ਼ਨ ਸਟੇਟ ਰੀਆਰਗੇਨਾਈਜੇਸ਼ਨ ਕਮਿਸ਼ਨ ਜਿਹੜਾ ਸੀਗਾ ਉਹ 1953 ਦੇ ਵਿੱਚ ਬਣਿਆ ਸੀਗਾ ਇਹਨੂੰ ਅਸੀਂ ਫੈਜ਼ਲ ਅਲੀ ਕਮਿਸ਼ਨ ਵੀ ਕਹਿੰਦੇ ਆ ਬਹੁਤ ਇੰਪੋਰਟੈਂਟ ਹੈ ਕੀ ਕਹਿੰਦੇ ਆ ਜਿਹਨੂੰ ਫੈਜ਼ਲ ਅਲੀ ਕਮਿਸ਼ਨ 1973 ਦੇ ਵਿੱਚ ਬਣਿਆ ਸੀਗਾ ਕਹਿੰਦੇ ਇਹਨਾਂ ਵਿੱਚੋਂ ਇਦਾਂ ਦੇ ਮੈਂਬਰ ਸੀਗੇ ਜਿਹੜੇ ਕਿ ਇਸ ਗੱਲ ਦੇ ਵਿੱਚ ਰਾਜੀ ਨਹੀਂ ਸੀਗੇ ਜੋ ਚਾਹੁੰਦੇ ਸੀਗੇ ਕਿ ਪੰਜਾਬ ਤੇ ਹਿਮਾਚਲ ਨੂੰ ਮਿਲਾ ਦਿੱਤਾ ਜਾਵੇ ਮੀਨਜ਼ ਇਹ ਨਹੀਂ ਸੀ ਚਾਹੁੰਦੇ ਕਿ ਹਿਮਾਚਲ ਨੂੰ ਪੰਜਾਬ 'ਚ ਮਿਲਾਇਆ ਜਾਵੇ ਮਰਜ ਕੀਤਾ ਜਾਵੇ ਕੌਣ ਉਹ ਬੰਦੇ ਸੀਗੇ ਜਿਹੜੇ ਫੇਵਰ ਦੇ ਵਿੱਚ ਨਹੀਂ ਸੀਗੇ ਉਹ ਸੀਗਾ ਜੀ ਜਸਟਿਸ ਫੈਜ਼ਲ ਅਲੀ ਜੋ ਕਿ ਇਸ ਕਮਿਸ਼ਨ ਨੂੰ ਹੈਡ ਕਰ ਰਹੇ ਸੀਗੇ ਇਸੇ ਕਰਕੇ ਇਸ ਕਮਿਸ਼ਨ ਦਾ ਨਾਮ ਉਹਨਾਂ ਦੇ ਨਾਮ ਤੇ ਪੈ ਗਿਆ ਜੀ ਫੈਜ਼ਲ ਅਲੀ ਕਮਿਸ਼ਨ ਫੈਜ਼ਲ ਅਲੀ ਕਮਿਸ਼ਨ ਤੇ ਫੈਜ਼ਲ ਅਲੀ ਖੁਦ ਇਸ ਗੱਲ ਦੇ ਹੱਕ ਵਿੱਚ ਨਹੀਂ ਸੀ ਕਿ ਪੰਜਾਬ ਤੇ ਹਿਮਾਚਲ ਨੂੰ ਮਿਲਾਇਆ ਜਾਵੇ ਔਰ 97 ਨੰਬਰ ਕੁਐਸਚਨ ਫਾਊਂਡਰ ਆਫ ਸਿੱਖ ਐਂਪਾਇਰ ਕੌਣ ਹੈ ਜੀ ਠੀਕ ਹੈ ਕਿਨਾਂ ਨੂੰ ਅਸੀਂ ਸਿੱਖ ਪਾਤ ਦੇ ਫਾਊਂਡਰ ਗਿਣਨੇ ਆ ਮਹਾਰਾਜਾ ਰਣਜੀਤ ਸਿੰਘ ਦਲੀਪ ਸਿੰਘ ਸਰਦਾਰ ਮਹਾ ਸਿੰਘ ਤੇ ਖੜਕ ਸਿੰਘ ਮਹਾਰਾਜਾ ਰਣਜੀਤ ਸਿੰਘ ਠੀਕ ਹੈ ਜੀ ਮਹਾਰਾਜਾ ਰਣਜੀਤ ਸਿੰਘ ਸਾਡੇ ਫਾਊਂਡਿੰਗ ਫਾਦਰ ਨੇ ਫਾਊਂਡ ਨੇ ਸਿੱਖ ਐਮਪਾਇਰ ਦੇ ਮਹਾਰਾਜਾ ਰਣਜੀਤ ਸਿੰਘ 1801 ਦੇ ਵਿੱਚ ਇਹਨਾਂ ਨੇ ਆਪਣੇ ਆਪ ਨੂੰ ਸਿੱਖ ਐਮਪਾਇਰ ਦਾ ਰਾਜਾ ਅਨਾਉਂਸ ਕੀਤਾ ਚਲੋ ਅੱਗੇ ਚੱਲਦੇ ਹਾਂ 98 ਨੰਬਰ ਕੁਐਸਚਨ ਹੂ ਅਮੰਗ ਦਾ ਫੋਲੋਇੰਗ ਬਿਕਮ ਦਾ ਫਰਸਟ ਚੀਫ ਕਮਿਸ਼ਨਰ ਆਫ ਪੰਜਾਬ ਜਦੋਂ ਪੰਜਾਬ ਨੂੰ ਅਨੈਕਸ ਕੀਤਾ ਗਿਆ ਅੰਗਰੇਜ਼ਾਂ ਦੇ ਦੁਆਰਾ ਤਾਂ ਪਹਿਲੇ ਚੀਫ ਕਮਿਸ਼ਨਰ ਕੌਣ ਬਣੇ 98 ਨੰਬਰ ਕੁਐਸਚਨ ਉਸਗੇ ਸਰ ਜੌਨ ਲਾਰੈਂਸ ਆਪਸ਼ਨ ਨੰਬਰ ਬੀ ਬਹੁਤ ਇੰਪੋਰਟੈਂਟ ਕੁਐਸਚਨ ਹੈ ਜੀ ਸਰ ਜੌਨ ਲਾਰੈਂਸ 99 ਨੰਬਰ ਕੁਐਸਚਨ ਹੈ ਇਨ ਵਿਚ ਐਂਗਲੋ ਸਿੱਖ ਵਾਰ ਲਾਰਡ ਲਾਹੋਜੀ ਨੇ ਅਨੈਕਸ ਦਾ ਪੰਜਾਬ ਕਹਿੰਦੇ ਕਿਹੜੀ ਐਂਗਲੋ ਸਿੱਖ ਵਾਰ ਤੋਂ ਬਾਅਦ ਲਾਰਡ ਲਾਹੋਜੀ ਨੇ ਪੰਜਾਬ ਨੂੰ ਅਨੈਕਸ ਕਰ ਲਿਆ ਤੇ ਉਹ ਸੀਗੀ ਜੀ ਦੂਸਰੀ ਕਿਉਂਕਿ ਐਂਗਲੋ ਸਿੱਖ ਵਾਰ ਹੋਈਆਂ ਹੀ ਦੋ ਨੇ ਫਸਟ ਤੇ ਸੈਕਿੰਡ ਥਰਡ ਫੋਰਥ ਤਾਂ ਹੋਈ ਨਹੀਂ ਸੀਗੀ ਸੈਕਿੰਡ ਤੋਂ ਬਾਅਦ ਹੀ ਪੰਜਾਬ ਨੂੰ ਨੈਕਸ ਕਰ ਲਿਆ ਗਿਆ ਸੀਗਾ ਤੇ ਲਾਸਟ ਵੀਡੀਓ ਵੀਡੀਓ ਦਾ ਲਾਸਟ ਕੁਐਸਚਨ ਹੈ ਸਾਡੇ ਕੋਲੇ ਕਹਿੰਦੇ ਕੁਝ ਡੈਮ ਦੇ ਨਾਮ ਦਿੱਤੇ ਗਏ ਨੇ ਤੇ ਕੁਝ ਸਟੇਟਾਂ ਦੇ ਨਾਮ ਦਿੱਤੇ ਗਏ ਨੇ ਉਹਨਾਂ ਨੇ ਪੁੱਛਿਆ ਕਿ ਇਹ ਕਿੱਥੇ ਨੇ ਪੌਂਗ ਡੈਮ ਹਿਮਾਚਲ ਦੇ ਵਿੱਚ ਹਰੀਕੇ ਵੈਟਲੈਂਡ ਪੰਜਾਬ ਦੇ ਵਿੱਚ ਹੈ ਅਤੇ ਰੁਦਰ ਸਾਗਰ ਲੇਕ ਕਹਿੰਦੇ ਤ੍ਰਿਪੁਰਾ ਦੇ ਵਿੱਚ ਇਹਨਾਂ ਨੇ ਪੁੱਛਿਆ ਕਿ ਇਹਨਾਂ ਵਿੱਚੋਂ ਕਿਹੜੇ ਸਹੀ ਮੈਚ ਨੇ ਹਾਂਜੀ ਜਲਦੀ ਇਹਦਾ ਆਨਸਰ ਕਰੋ ਤੇ ਇਹਦਾ ਆਨਸਰ ਹੈ ਜੀ অপਸ਼ਨ ਨੰਬਰ ਡੀ ਤਿੰਨੋਂ ਦੀ ਤਿੰਨੋਂ ਸਹੀ ਮੈਚ ਨੇ ਸਹੀ ਮਿਲਾਏ ਗਏ ਨੇ ਬਿਲਕੁਲ ਠੀਕ ਹੈ ਚਲੋ 에ਰਿਆ ਸਾਡੀ ਅੱਜ ਦੀ ਵੀਡੀਓ ਪਲੀਜ਼ ਮੈਨੂੰ ਹੁਣ ਦੱਸੋ ਇੱਕ ਰਹਿ ਗਿਆ ਜੀ ਸਾਡੇ ਕੋਲੇ 101 ਹਾਂ ਕੁਐਸਚਨ ਇਹ ਆ ਕਿ 2015 ਦੇ ਵਿੱਚ ਵਾਈਟ ਫਲਾਈ ਵਾਈਟ ਫਲਾਈ ਕਰਕੇ ਕੋਈ ਆਈ ਸੀਗੀ ਇੱਕ ਮੱਖੀ ਉਹਨੇ ਕਿਹੜੀ ਕ੍ਰੌਪ ਨੂੰ ਖਰਾਬ ਕੀਤਾ ਹੋਵੇਗਾ ਸਾਨੂੰ ਪਤਾ ਉਸ ਦੀ ਜੀ ਕਾਟਨ ਦੀ ਫਸਲ ਠੀਕ ਹੈ ਵਾਈਟ ਫਲਾਈ ਕਿ ਨਾ ਨੇ ਕਿਨੇ ਕਿਹੜੀ ਵਾਈਟ ਫਲਾਈ ਨੇ ਕਿਹੜੀ ਫਸਲ ਨੂੰ ਖਰਾਬ ਕੀਤਾ ਸੀਗਾ ਉਹ ਸੀਗੀ ਕਾਟਨ ਦੀ ਫਸਲ ਕਾਟਨ ਨੂੰ ਖਰਾਬ ਕੀਤਾ ਗਿਆ ਸੀਗਾ ਵਾਈਟ ਫਲਾਈ ਦੇ ਦੁਆਰਾ ਚਲੋ ਤੇ ਇਹ ਰੇ ਸਾਡੇ ਇਹ ਪੂਰੇ ਦੇ ਪੂਰੇ 101 ਕੁਐਸਚਨ ਸ਼ਗਨ ਹੀ ਪੈ ਗਏ ਮੈਂ ਤਾਂ 100 ਤਿਆਰ ਕੀਤੇ ਸੀਗੇ ਇੱਕ ਐਕਸਟਰਾ ਹੋ ਗਿਆ 101 ਸ਼ਗਨ ਪੈ ਗਿਆ ਹੈ ਤੇ ਉਮੀਦ ਹੈ ਤੁਸੀਂ ਸਾਰੇ ਕੁਐਸਚਨ ਸਹੀ ਕੀਤੇ ਹੋਣਗੇ ਤਾਂ ਹੁਣ ਪਲੀਜ਼ ਮੈਨੂੰ ਕਮੈਂਟ ਬਾਕਸ ਦੇ ਵਿੱਚ ਇਹ ਜ਼ਰੂਰ ਦੱਸਿਓ ਕਿ ਕਿਹਦੇ ਕਿੰਨੇ ਸਹੀ ਹੈ ਜੀ ਠੀਕ ਹੈ ਇਹ ਜ਼ਰੂਰ ਦੱਸਣਾ ਤੁਸੀਂ ਕਿ ਕਿਹਦੇ ਕਿੰਨੇ ਸਹੀ ਨੇ ਕਿਉਂਕਿ ਫਿਰ ਆਈਡੀਆ ਹੋ ਜਾਊਗਾ ਕਿ ਤੁਸੀਂ ਤਿਆਰੀ ਤੁਹਾਡੀ ਤੁਹਾਡੀ ਕਿਦਾਂ ਦੀ ਤਿਆਰੀ ਚੱਲ ਰਹੀ ਹੈ ਤੇ ਹੋਰ ਵੀ ਇਦਾਂ ਦੀਆਂ ਵੀਡੀਓ ਆਉਂਦੀਆਂ ਰਹਿਣਗੀਆਂ ਮੈਂ ਟੈਸਟ ਹੋਰ ਵੀ ਤੁਹਾਡੇ ਕੰਡਕਟ ਕਰੂੰਗਾ ਠੀਕ ਹੈ ਜੀ ਤੇ ਚਲੋ ਉਮੀਦ ਹੈ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਊਗੀ ਤੇ ਜੇ ਕੁਝ ਕੁਐਸਚਨ ਸਹੀ ਨਹੀਂ ਪਤਾ ਲੱਗੇ ਰਿਵਾਈਜ਼ ਕਰ ਲਿਓ ਦੁਬਾਰਾ ਵੀਡੀਓ ਸੁਣ ਲਿਓ ਤੇ ਜੇ ਇਹਦਾ ਤੁਹਾਨੂੰ ਕਾਪੀ ਚਾਹੀਦੀ ਹੋਈ ਸੌਫਟ ਕਾਪੀ ਇਸ ਵੀਡੀਓ ਦੀ ਫਤੇ ਸਰ ਤੇ ਟੈਲੀਗ੍ਰਾਮ ਤੇ ਚੈਨਲ ਤੇ ਆਓ ਉਹਨੂੰ ਜੁਆਇਨ ਕਰੋ ਅਤੇ ਉੱਥੋਂ ਇਹਦੀ ਪੀਡੀਐਫ ਪਾ ਲਓ ਜੀ ਠੀਕ ਹੈ ਜੀ ਓਕੇ ਜੀ ਥੈਂਕ ਯੂ ਹਾਂਜੀ ਇਹ ਕਲਾਸ ਤੇ ਗੱਲ ਜੇ ਕੁਝ ਵੀ ਇਨਫੋਰਮੇਸ਼ਨ ਲੈਣੀ ਹੋਵੇ ਤਾਂ ਇਸ ਕੰਟੈਕਟ ਨੰਬਰ ਤੇ ਕੰਟੈਕਟ ਕਰ ਲਿਓ ਜੀ ਸਪੈਸ਼ਲੀ ਪੀਸੀਐਸ ਦੇ ਰਿਲੇਟਡ ਜਾਂ ਪੀਪੀਐਸਸੀ ਦੇ ਰਿਲੇਟਡ ਪੀਸੀਐਸ ਜਾਂ ਪੀਪੀਐਸਸੀ ਦੇ ਰਿਲੇਟਡ ਠੀਕ ਹੈ ਜੀ ਐਂਡ ਜਾਂ ਫਿਰ ਯੂਪੀਐਸਸੀ ਦੇ ਰਿਲੇਟਡ ਕੋਈ ਵੀ ਇਨਫੋਰਮੇਸ਼ਨ ਚਾਹੀਦੀ ਆ ਤਾਂ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ ਓਕੇ ਜੀ ਥੈਂਕ ਯੂ ਹੈਵ ਅ ਗੁੱਡ ਡੇ